जी मैम, गुड मॉर्निंग जी। गुड मॉर्निंग मैम। मैंने फर्स्ट स्लाइड बस दिखा दो। हाँ जी, एक मिनट मैम, मैं इन्हें शेयर कर ला। हाँ, आराम में। जी मैम, ओके है जी, ठीक है ठीक है। जी। बस मैं कैंडिडेट में एंटर करवाने लगी, अब विद इन 2 मिनट स्टार्ट करते हैं, ठीक है जी। हाँ जी मैम, दस रही हूँ। जी, जी मैम स्टार्ट करिए जी। प्रिया मैम ठीक है मैम। अनम्यूट हाँ करिए जी। जी, हाँ जी, कर लिया मैम। जी स्टार्ट करें। ठीक है, थैंक यू जी। गुड मॉर्निंग, माई सेल्फ प्रिया। आज मैं वीक नंबर 19 रिवीजन का टॉपिक जेड़ा बेसिक हैंड स्टिचेस है वो आज करवाने जा रही है इत्थे। तो सब तो पहले जेड़ा मैं अपनी आईटीआई के बारे दसना चाहवांगी कि मैं गवर्नमेंट आईटीआई वूमेन नवा शहर तो। साडे इत्थे आईटीआई वुमेन आईटीआई है और इत्थे चार ट्रेड्स जिहड़ियां चलदियां, सिविंग टेक्नोलॉजी, सरफेस ऑर्नामेंटेशन टेक्निक, कोपा, बेसिक कॉस्मेटोलॉजी। ये आईटीआई चंडीगढ़ रोड नवा शहर ते सिचुएटेड है। तो सब तो पहले स्टार्टिंग दे विच अपना जो मिशन फतेह जो पंजाब गवर्नमेंट ने साडा ये इस कोविड-19 दे पीरियड विच चलाया है, क्रूशियल पीरियड दे विच, वो मिशन फतेह नू जिन्हों असी फतेह करना है, जितना है, यानी ओदे विच ए है कि भी असी जेड़े सारे आईटीआईज हैं वो असी मास्क बना के जेड़ा अपनी कंट्रीब्यूशन जेड़ी है कर रहे हैं। ता ओदे विच साडे भी प्रिंसिपल बलजीत सिंह सर स्टाफ नाल मिल के, बच्चियां नाल मिल के,
ਅਸੀਂ ਮਾਸਕ ਤਿਆਰ ਕਰਕੇ ਕਾਫੀ ਮਾਸਕ ਜਿਹੜੇ ਆ ਵੰਡ ਚੁੱਕੇ ਆ। ਸਰ ਨੇ ਮਿਸ਼ਨ ਫਤਿਹ ਲਈ ਬਹੁਤ ਕਰ ਰਹੇ ਆ ਕੰਟਰੀਬਿਊਟ, ਤੇ ਉਹਨਾਂ ਨੇ ਲਾਸਟ ਕੁਝ ਦਿਨ ਪਹਿਲੇ ਸਾਡੇ ਆਨਰੇਬਲ ਮਿਨਿਸਟਰ ਕੈਬਿਨੇਟ ਮਿਨਿਸਟਰ ਸ਼੍ਰੀ ਭਰਤ ਭੂਸ਼ਣ ਆਸ਼ੂ ਜੀ, ਉਹਨਾਂ ਨੂੰ ਵੀ ਮਾਸਕ ਦਿੱਤੇ ਜਿਹੜੇ ਸਟੂਡੈਂਟਸ ਨੇ ਬਣਾਏ ਸੀ, ਤਾਂ ਕਿ ਉਹ ਅੱਗੇ ਉੱਥੇ ਵੰਡ ਸਕਣ। ਤੇ ਇਹ ਇਹ ਮਿਸ਼ਨ ਫਤਿਹ ਜਿਹੜੀ ਹੈ ਇਹ ਤਾਂ ਹੀ ਸਕਸੈਸਫੁਲ ਹੋ ਪਾਣੀ ਹੈ ਵੀ ਜੇ ਆਪਾਂ ਸਾਰੇ ਜਿਹੜੇ ਹੈ ਮਿਲ ਕੇ ਇਹਦੇ ਲਈ ਕੰਟਰੀਬਿਊਟ ਕਰਾਂਗੇ। ਔਰ ਉਹ ਆਪਣੇ ਸਾਰੇ ITIs ਜਿਹੜੇ ਹੈ ਉਹ ਮਾਸਕ ਬਣਾ ਕੇ ਹੈ ਇਸ ਚੀਜ਼ ਨੂੰ ਕੰਟਰੀਬਿਊਟ ਕਰ ਰਹੇ ਹੈ। ਹਾਂਜੀ, ਹੁਣ ਜਿਹੜਾ ਸਾਡਾ ਅੱਜ ਦਾ ਟੌਪਿਕ ਹੈ ਉਹ ਹੈ ਬੇਸਿਕਸ ਆਫ ਹੈਂਡ ਸਟਿਚਿਸ। ਹੈਂਡ ਸਟਿਚਿਸ ਜਿਹੜੇ ਬੇਸਿਕ ਹੈਂਡ ਸਟਿਚਿਸ ਜਿਹੜੇ ਹੈ ਉਹ ਕਿਹੜੇ ਕਿਹੜੇ ਹੁੰਦੇ ਆ। ਸਭ ਤੋਂ ਪਹਿਲੇ ਮੈਂ ਦੱਸਣਾ ਚਾਹਾਂਗੀ ਕਿ ਸਟਿਚ ਕਿਹਨੂੰ ਕਹਿੰਦੇ ਆ, ਸੀਮ ਕਿਹਨੂੰ ਕਹਿੰਦੇ ਆ। ਅ ਲੂਪ ਆਫ ਥਰੈਡ ਔਰ ਯਾਰਨ ਰਿਜ਼ਲਟਿੰਗ ਫਰੋਮ ਅ ਸਿੰਗਲ ਪਾਸ ਔਰ ਮੂਵਮੈਂਟ ਆਫ ਦਾ ਨੀਡਲ ਇਨ ਸਿਵਿੰਗ, ਨੇਟਿੰਗ ਔਰ ਕਰੋਚਟਿੰਗ। ਇੱਕ ਨੀਡਲ ਦੀ ਜਿਹੜੀ ਹੈ ਧਾਗੇ ਦੇ ਨਾਲ ਜਿਹੜੀ ਮੂਵਮੈਂਟ ਕੱਪੜੇ ਦੇ ਅੰਦਰ ਬਾਹਰ ਕਰਨ ਦੀ ਜਿਹੜੀ ਉਹ ਮੂਵਮੈਂਟ ਹੈ, ਚਾਹੇ ਉਹ ਸਿਵਿੰਗ ਚ ਹੋਵੇ, ਚਾਹੇ ਨਿਟਿੰਗ ਚ ਹੋਵੇ, ਕਰੋਚਟਿੰਗ ਚ ਹੋਵੇ ਮਤਲਬ ਇੰਬਰਾਇਡਰੀ ਚ ਹੋਵੇ, ਤਾਂ ਦੈਟ ਇਜ਼ ਕਾਲਡ ਸੀਮ। ਸੀਮ ਕਹਿ ਸਕਦੇ ਉਹਨੂੰ ਅਸੀਂ ਕੀ ਸੀਮ ਕਹਿੰਦੇ ਹਾਂ। ਜਿੱਦਾਂ ਕਿ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਕਟਾਈ ਸਲਾਈ ਦਾ ਜਿਹੜਾ ਆਧਾਰ ਹੈ ਉਹਦੇ ਨਾਲ ਸੰਬੰਧਿਤ ਟਾਂਕੇ ਹੀ ਹਨ। ਸਲਾਈ ਦੋ ਤਰ੍ਹਾਂ ਦੀ ਹੁੰਦੀ ਹੈ, ਹੱਥ ਦੀ ਸਲਾਈ, ਮਸ਼ੀਨ ਦੀ ਸਲਾਈ। ਦੋਨੋਂ ਤਰ੍ਹਾਂ ਦੀ ਸਿਲਾਈ ਦੇ ਵਿੱਚ ਹੀ ਅਲੱਗ ਅਲੱਗ ਟੈਕਨੀਕਸ ਅਡੈਪਟ ਕੀਤੀਆਂ ਜਾਂਦੀਆਂ। ਇਸ ਲਈ ਸਿਲਾਈ ਸਿੱਖਣ ਤੋਂ ਪਹਿਲਾਂ ਜਿਹੜੀ ਟਾਂਕਿਆਂ ਦੀ ਜਾਣਕਾਰੀ ਹੋਣੀ ਹੈ ਉਹ ਬਹੁਤ ਜ਼ਰੂਰੀ। ਜੇ ਸਾਨੂੰ ਟਾਂਕਿਆਂ ਦੀ ਜਾਣਕਾਰੀ ਹੋਏਗੀ ਤਾਂ ਹੀ ਅਸੀਂ ਜਿਹੜਾ ਅੱਗੇ ਸਿਲਾਈ ਜਿਹੜੀ ਹੈ ਉਹ ਸ਼ੁਰੂ ਕਰ ਸਕਦੇ ਹਾਂ। ਠੀਕ ਹੈ, ਜਿੱਦਾਂ ਕਿ ਹੁਣ ਆਪਾਂ ਕਹਿ ਹੀ ਦਿੰਦੇ ਹਾਂ ਕਿ ਵੀ ਤੁਸੀਂ ਟੀਚਰਸ ਵੀ ਤੁਹਾਨੂੰ ਕਹਿ ਦਿੰਦੇ ਆ ਕਿ ਬੇਟਾ ਪਹਿਲੇ ਕੱਚਾ ਕਰਨਾ ਸਿੱਖੋ, ਕਿਉਂਕਿ ਫਸਟ ਸਟੈਪ ਸਾਡਾ ਕੀ ਹੈ ਕਿ ਅਸੀਂ ਕੱਚਾ ਕਰਨਾ ਕੀ ਹੈ, ਇੱਕ ਸਟਿਚ ਹੈ, ਸਾਡਾ ਹੈਂਡ ਸਟਿਚ ਹੈ। ਕਿ ਵੀ ਜਦੋਂ ਸਾਡਾ ਬੇਸਿਕ ਸਟਾਰਟ ਹੋਏਗਾ ਤਾਂ ਹੀ ਅਸੀਂ ਅੱਗੇ ਜਾ ਕੇ ਫੇਰ ਹੀ ਆਪਾਂ ਮਸ਼ੀਨ ਤੇ ਬੈਠਣਾ ਸ਼ੁਰੂ ਕਰੀਦਾ। ਠੀਕ ਹੈ, ਕਿ ਜਦੋਂ ਸਾਨੂੰ ਹੱਥ ਦੇ ਨਾਲ ਉਹ ਕਰਨਾ ਆਏਗਾ ਤਾਂ ਜਿਹੜੀ ਟਾਂਕਿਆਂ ਦੀ ਜਾਣਕਾਰੀ ਹੈ ਦੈਟ ਇਜ਼ ਵੈਰੀ ਮੱਚ ਨੈਸੈਸਰੀ ਫੋਰ ਅ ਬਿਗਨਰ। ਇਟ ਇਜ਼ ਇੰਪੋਰਟੈਂਟ ਟੂ ਨੋ ਅਬਾਊਟ ਦਾ ਹੈਂਡ ਸਟਿਚਿਸ ਫਸਟ ਬਿਫੋਰ ਦਾ ਸਟਿਚਿੰਗ। ਕੁਝ ਟਾਂਕੇ ਜਿਹੜੇ ਹੈ ਹੱਥ ਨਾਲ ਕੀਤੇ ਜਾਂਦੇ ਆ, ਕੁਝ ਮਸ਼ੀਨ ਨਾਲ ਕੀਤੇ ਜਾਂਦੇ ਆ। ਟਾਂਕੇ ਬਹੁਤ ਤਰ੍ਹਾਂ ਦੇ ਹੁੰਦੇ ਆ, ਜਿਵੇਂ ਆਧਾਰਿਤ ਟਾਂਕੇ ਹੁੰਦੇ ਆ, ਸਜਾਵਟੀ ਟਾਂਕੇ ਹੁੰਦੇ ਆ। ਇਹਨਾਂ ਤੋਂ ਆਧਾਰਿਤ ਟਾਂਕਿਆਂ ਤੋਂ ਬਿਨਾਂ ਜਿਹੜਾ ਹੈ ਉਹ ਸਾਡੀ ਸਿਲਾਈ ਨਹੀਂ ਹੋ ਸਕਦੀ ਹੈ। ਤਾਂ ਟਾਂਕਿਆਂ ਦੀ ਗੱਲ ਕਰਨ ਤੋਂ ਪਹਿਲੇ ਅਸੀਂ ਇਹ ਕਰਦੇ ਹਾਂ ਕਿ ਸਟਿਚ ਬਣਾਉਣ ਲਈ ਸਾਨੂੰ ਕਿਹੜੇ ਟੂਲਸ ਐਂਡ ਮਟੀਰੀਅਲ ਜਿਹੜਾ ਹੈ ਉਹ ਸਾਨੂੰ ਕਿਹੜਾ ਟੂਲ ਐਂਡ ਮਟੀਰੀਅਲ ਰਿਕੁਆਇਰਡ ਹੈ, ਯਾਨੀ ਕਿਹੜੇ ਟੂਲਸ ਔਰ ਮਟੀਰੀਅਲ ਸਾਨੂੰ ਚਾਹੀਦੇ ਆ। ਤਾਂ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ ਉਹ ਸਾਡੀ ਹੈ ਨੀਡਲ, ਸੂਈਆਂ। ਕਢਾਈ ਦੇ ਵਿੱਚ ਕਈ ਤਰ੍ਹਾਂ ਦੀਆਂ ਸੂਈਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜ਼ਿਆਦਾਤਰ ਸ਼ਾਰਪ ਪੁਆਇੰਟ ਐਂਡ ਲਾਰਜ ਆਈ। ਲਾਰਜ ਆਈ ਮਤਲਬ ਵੀ ਜਿਹਦੇ ਵਿੱਚ ਜਿਹਦਾ ਜਿਹੜਾ ਨੱਕਾ ਹੈ ਉਹ ਵੱਡਾ ਹੋਵੇ। ਦੇ ਆਰ ਜਨਰਲੀ ਵਾਈਡਰ ਐਂਡ ਸ਼ਾਰਟਰ ਦੈਨ ਜਿਹੜੀਆਂ ਦੂਜੀਆਂ ਆਪਣੀਆਂ ਨੀਡਲਸ ਹੁੰਦੀ ਹੈ। ਕੰਪੈਰੇਟਿਵਲੀ ਦੋਜ਼ ਨੀਡਲਸ, ਇਹ ਨੀਡਲਸ ਦਾ ਜਿਹੜਾ ਉਹ ਨੱਕਾ ਵੱਡਾ ਹੁੰਦਾ ਹੈ। ਜ਼ਿਆਦਾ ਆਪਾਂ ਬਰੀਕ ਸੂਈ ਸੁਨਹਿਰੀ ਨੱਕੇ ਵਾਲੀ 3 to 10 ਨੰਬਰ ਤੱਕ ਦੀਆਂ ਜਿਹੜੀਆਂ ਇਹ ਸੂਈਆਂ ਆਉਂਦੀਆਂ ਇਹਨਾਂ ਦਾ ਇਸਤੇਮਾਲ ਅਸੀਂ ਕਰਦੇ ਹਾਂ। ਟਪੈਸਟਰੀ ਨੀਡਲ ਜਿਹੜੀ ਹੈ ਸਾਡੀ 3 ਨੰਬਰ ਦੀ ਹੁੰਦੀ ਹੈ। 4 to 8 ਨੰਬਰ ਤੱਕ ਦੀਆਂ ਕਰੂਲ ਸੂਈਆਂ ਵਰਤੀਆਂ ਜਾਂਦੀਆਂ ਜਿਹੜੀਆਂ ਕਿ ਲੰਬੇ ਨੱਕੇ ਵਾਲੀਆਂ ਹੁੰਦੀਆਂ ਵੈ। ਤੇ ਜਿਹੜੀ ਟਪੈਸਟਰੀ ਨੀਡਲ ਦੀ ਗੱਲ ਮੈਂ ਕੀਤੀ ਇਹ ਉੱਨ ਵਾਲੀਆਂ ਸੂਈਆਂ ਜਿਹਨਾਂ ਨਾਲ ਜਾਲੀ ਕੇਸਮੈਂਟ ਤੇ ਕਢਾਈ ਕੀਤੀ ਜਾਂਦੀ ਹੈ। ਸਲਮੇ ਤਿੱਲੇ ਦੀ ਜੇ ਆਪਾਂ ਕਢਾਈ ਕਰਨੀ ਹੈ ਤਾਂ ਉਹਦੇ ਲਈ ਆਪਾਂ 12 ਨੰਬਰ ਦੀ ਨੀਡਲ ਦਾ ਇਸਤੇਮਾਲ ਕਰਦੇ ਹਾਂ। ਤਾਂ ਮੋਟੇ ਕੱਪੜੇ ਦੇ ਵਾਸਤੇ ਨਾ ਤਾਂ ਅਸੀਂ ਮੋਟੀ ਸੂਈ ਲੈਣੀ ਹੈ ਨਾ ਹੀ ਅਸੀਂ ਪਤਲੀ, ਅਸੀਂ ਮੀਡੀਅਮ ਦਰਮਿਆਨੀ ਜੇ ਜਿਹਨੂੰ ਕਹਿੰਦੇ ਹਾਂ ਨਾ ਅਸੀਂ ਉਹ ਵਾਲੀ ਸੂਈ ਦਾ ਇਸਤੇਮਾਲ ਕਰਦੇ ਹਾਂ। ਸੂਈ ਤੋਂ ਅੱਗੇ ਜਿਹੜਾ ਆਪਣਾ ਆ ਜਾਣਾ ਹੈ ਉਹ ਹੈ ਥਰੈਡ। ਥਰੈਡ ਯਾਨੀ ਕਿ ਸਾਡੀਆਂ ਰੀਲਾਂ। ਰੀਲਾਂ ਜਿਹੜੀਆਂ ਸਾਡੀਆਂ ਰੇਸ਼ਮੀ, ਉੱਨੀ, ਸੂਤੀ ਤਿੰਨੋਂ ਹੀ ਧਾਗੇ ਜ਼ਿਆਦਾਤਰ ਮਤਲਬ ਜਿਹੜੇ ਹੈ ਉਹ ਵਰਤੇ ਜਾਂਦੇ ਹੈਗੇ ਆ। ਐਂਕਰ ਦੀਆਂ ਜਿਹੜੀਆਂ ਗੁੱਛੀਆਂ ਹੈਗੀਆਂ ਹੈ ਉਹ ਜ਼ਿਆਦਾਤਰ ਇਹਦੇ ਵਿੱਚ ਇਸਤੇਮਾਲ ਕੀਤੀਆਂ ਜਾਂਦੀਆਂ ਹੈ। ਐਂਕਰ ਦੀਆਂ ਗੁੱਛੀਆਂ ਦਾ ਇਹ ਹੋ ਜਾਂਦਾ ਹੈ ਕਿ ਜਿਹੜੀਆਂ ਐਂਕਰ ਦੀਆਂ ਗੁੱਛੀਆਂ, ਇੱਕ ਤਾਂ ਇਹਦੇ ਵਿੱਚ ਸ਼ੇਡ ਬਹੁਤ ਆਉਂਦੇ ਹੈ, ਇਹਦੇ ਵਿੱਚ ਕਾਫੀ ਸ਼ੇਡ ਆਉਂਦੇ ਹੈ। ਇਹਦੇ ਵਿੱਚ ਸਿੰਗਲ ਸ਼ੇਡ ਵੀ ਆਉਂਦੇ ਹੈ ਔਰ ਡਬਲ ਸ਼ੇਡ ਵੀ ਆਉਂਦੇ ਹੈ। ਔਰ ਇਹ ਜਿਹੜੀ ਐਂਕਰ ਦੀ ਗੁੱਛੀ ਹੈ 5 to 7 ਰੁਪਏ ਦੀ ਜਿਹੜੀ ਹੈ ਉਹ ਮਾਰਕੀਟ ਦੇ ਵਿੱਚ ਅਵੇਲੇਬਲ ਹੋ ਜਾਂਦੀ ਹੈ। ਔਰ ਫਿਨਿਸ਼ਿੰਗ ਵੀ ਇਹਨਾਂ ਰੀਲਾਂ ਦੀ ਬਹੁਤ ਆਉਂਦੀ ਹੈ। ਰੇਸ਼ਮੀ ਧਾਗੇ ਦੀ ਫਿਨਿਸ਼ਿੰਗ ਵੀ ਬਹੁਤ ਜ਼ਿਆਦਾ ਆਉਂਦੀ ਹੈ, ਪਰ ਕੁਛ ਆਪਾਂ ਜੇ ਗਿਣੀਏ ਤਾਂ ਇੱਕ ਪੁਆਇੰਟ ਹੋ ਜਾਂਦੇ ਆ ਕਿ ਜਿਵੇਂ ਉਹ ਸਾਨੂੰ ਇਹਦੇ ਕੰਪੈਰੇਟਿਵਲੀ
थोड़ी महंगी पै जाती है, 18 to 20 रुपए तक की सुइया आती है। ठीक है, एंकर दे है वो गुच्छियां भी आंदी है, गोले भी आंदे है, जिस हिसाब की तुहानू जरूरत हो उस हिसाब न लै लीदा। तो थ्रेड्स के विच जिहड़ी है वह बहुत वरायटी आती है जिहड़े कि एम्ब्रॉयडरी लई इस्तेमाल किए जाते हैं। उस तो बाद थ्रेड तो आप अगे चलते हैं पिन कुशन। पिन कुशन की होंगे है कि पिन जिहड़ा असी जदों असी अपना डिजाइन ट्रेस करना है तो असी पिन दे नाल उन्हों अटैच करते हैं, तो इस करके फिर जो सानू पिन की लोड़ कढ़ाई दे विच पैंदी है तो पिनज नू असी इस तरह नहीं रख सकते, असी पिनज नू ये पिन कुशन आंदा है जिदे उत्ते असी पिनज नू रख देईदा है, उहदे उत्ते उहदे उत्ते मतलब एक तरह खुब जांदियां उहदे विच नीडल्स फॉर्म दा उह हुंदा है जिदे विच की नीडल्स लग जांदियां, तो पिन कुशन का इस्तेमाल भी कढ़ाई दे विच कीता जांदा है। उस तो बाद जिहड़ा साडा अगला टूल आ गया वह है कढ़ाई च इस्तेमाल होने वाला थिंबल। थिंबल्स आर यूज्ड बाय वियरिंग देम ऑन द टिप ऑफ योर फिंगर एंड देन यूजिंग देम टू हेल्प पुश योर नीडल थ्रू द फैब्रिक। थिंबल्स जेड़े है वो असी अपनी उंगली दे उत्ते पा लैने हैं, उंगली ते अंगूठे ते पा लैने हैं, तो इहदे नाल की हुंदा है जदों असी कपड़े दे विच्चों असी अपनी नीडल नू निकालते हैं तो वह साडी उंगली दे उत्ते नहीं लगती, ता एक इहदे उत्ते होल्स हुंदे है उहदे नाल की हो जांदा है कि होल्स जेड़े है इट विल कैच द आई ऑफ योर नीडल एंड प्रिवेंट इट फ्रॉम स्लिपिंग। जेड़ा इहदे विच होल्स हुंदे है जदों इहदे होल्स करके साडी जिहड़ी सुई है वह कढ़ाई करते हुए स्लिप होने तो बच जाती है, तो इस करके भी थिंबल एक तो साडी उंगली नू बचांदा है कि जदों आपां बार बार टांका लगा रहे हैं कि साडे उंगलियां ते सुई नहीं बचेगी। और जिहड़ा थिंबल दा दूजा पॉजिटिव पॉइंट है वह ए है कि थिंबल दे नाल साडी जिहड़ी सुई है वह स्लिप नहीं करेगी। ठीक है, तो इस तो अगला जिहड़ा अपना रिक्वायर्ड जिहड़ा मेन अपना है वह है फैब्रिक है। फैब्रिक दे जिहदे ते असीं की कढ़ाई करनी हैगी है, फैब्रिक भी साडा मेन पार्ट हैगा, मेन एक टूल कह सकते हैं असीं अपना कि जिहड़ा फैब्रिक है। फैब्रिक दे विच मैं तुहानूं एक गल करांगी कि फैब्रिक जिहड़ा है ना ਉਹਦੇ ਅਕੋਰਡਿੰਗ ਹੀ ਅਸੀਂ ਜਿੱਥੇ ਹੁਣ ਸੂਈਆਂ ਦੀ ਗੱਲ ਕੀਤੀ ਕਿ ਇੰਨੀ ਤਰ੍ਹਾਂ ਦੀਆਂ ਸੂਈਆਂ ਆਉਂਦੀਆਂ ਇੰਨੇ ਤਰ੍ਹਾਂ ਦੇ ਧਾਗੇ ਆਉਂਦੇ ਹੈ, ਤਾਂ ਪਰ ਇੱਕ ਗੱਲ ਹੈ ਕਿ ਅਸੀਂ ਜਿਹੜੀ ਸੂਈ ਦੀ ਸਿਲੈਕਸ਼ਨ ਹੈ ਧਾਗੇ ਦੀ ਸਿਲੈਕਸ਼ਨ ਹੈ ਉਹ ਅਸੀਂ ਫੈਬਰਿਕ ਦੇ ਹਿਸਾਬ ਨਾਲ ਕਰਨਾ ਹੈ। ਕੱਪੜਾ ਧਾਗਾ ਤੇ ਸੂਈ ਤਿੰਨਾਂ ਦਾ ਆਪਸ ਵਿੱਚ ਕਢਾਈ ਦੇ ਵਿੱਚ ਬਹੁਤ ਸੰਬੰਧ ਹੈ। ਠੀਕ ਹੈ ਵੀ ਕਿਸ ਹਿਸਾਬ ਦਾ ਸਾਡਾ ਫੈਬਰਿਕ ਹੈ ਤਾਂ ਕਿਸ ਹਿਸਾਬ ਦੀ ਅਸੀਂ ਸੂਈ ਔਰ ਧਾਗਾ ਜਿਹੜਾ ਵਰਤਾਂਗੇ। ਪਤਲੇ ਕੱਪੜੇ ਤੇ ਬਰੀਕ ਸੂਈ ਨਾਲ ਕਢਾਈ ਹੁੰਦੀ ਹੈ। ਹੁਣ ਜੇ ਪਤਲਾ ਕੱਪੜਾ ਤੁਸੀਂ ਮੋਟੀ ਸੂਈ ਲੈ ਲਓਗੇ ਉਹ ਤਾਂ ਵਿੱਚ ਹੋਲਸ ਹੀ ਉਹਦੇ ਹੋ ਜਾਣਗੇ, ਹੈ ਨਾ। ਇਸ ਕਰਕੇ ਪਤਲੇ ਕੱਪੜੇ ਦੇ ਉੱਤੇ ਬਰੀਕ ਸੂਈ ਨਾਲ ਕਢਾਈ ਹੁੰਦੀ ਹੈ। ਮੋਟੇ ਦੇ ਉੱਤੇ ਤੁਹਾਨੂੰ ਮੈਂ ਹੁਣੇ ਦੱਸਿਆ ਵੀ ਜਿਹੜੀ ਹੈ ਉਹ ਦਰਮਿਆਨੀ ਜੀ ਸੂਈ ਦਾ ਅਸੀਂ ਇਸਤੇਮਾਲ ਕੀਤਾ ਜਾਂਦਾ ਹੈ। ਠੀਕ ਹੈ, ਤਾਂ ਉਹਦੇ ਤੇ ਧਾਗਾ ਵੀ ਜ਼ਿਆਦਾ ਮੋਟਾ ਨਹੀਂ ਲੈਣਾ, ਜ਼ਿਆਦਾ ਮੋਟਾ ਨਹੀਂ ਲੈਣਾ। ਠੀਕ ਹੈ, ਤਾਂ ਇਸ ਤਰ੍ਹਾਂ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਫੈਬਰਿਕ ਨੀਡਲ ਔਰ ਥਰੈਡ ਇਹ ਤਿੰਨੋਂ ਇੰਟਰ ਰਿਲੇਟਿਡ ਹੈ। ਇਸ ਤੋਂ ਇਲਾਵਾ ਹੁਣ ਜਦੋਂ ਅਸੀਂ ਆਪਣੇ ਧਾਗੇ ਕੱਟਣੇ ਆ ਤਾਂ ਸਾਨੂੰ ਕੈਂਚੀ ਦੀ ਵੀ ਜ਼ਰੂਰਤ ਹੈ, ਸਾਡੀ ਸ਼ਾਰਪ ਹੋਣੀ ਚਾਹੀਦੀ ਹੈ, ਸ਼ਾਰਪ ਪੁਆਇੰਟਿਡ ਛੋਟੀ ਸੀਜ਼ਰ ਦਾ ਹੀ ਇਸਤੇਮਾਲ ਕੀਤਾ ਜਾਂਦਾ ਹੈ ਕਢਾਈ ਦੇ ਵਿੱਚ। ਠੀਕ ਹੈ, ਜਾਂ ਅਸੀਂ ਕੀ ਕਰਦੇ ਹਾਂ ਥਰੈਡ ਕਟਰ ਦਾ ਵੀ ਇਸਤੇਮਾਲ ਕਰ ਲੈਂਦੇ ਹਾਂ ਜਿਹਨੂੰ ਕਿ ਥਰੈਡ ਨਿੱਪਰ ਵੀ ਕਿਹਾ ਜਾਂਦਾ ਹੈ, ਉਹਦਾ ਇਸਤੇਮਾਲ ਵੀ ਅਸੀਂ ਕਰ ਸਕਦੇ ਹਾਂ। ਨਹੀਂ ਤਾਂ ਕੋਈ ਵੀ ਕਈ ਤਰ੍ਹਾਂ ਦੀਆਂ ਕੈਂਚੀਜ਼ ਆਉਂਦੀਆਂ ਮੈਂ ਉਹਨਾਂ 'ਚ ਜਿਹੜੀਆਂ ਤੁਹਾਨੂੰ ਛੋਟੀਆਂ ਔਰ ਪੁਆਇੰਟਿਡ ਸੀਜ਼ਰਸ ਹੋਣ ਜਿਹਨਾਂ ਜਿਹੜੀਆਂ ਕਿ ਅੱਗੇ ਉਹ ਤਿੱਖੀਆਂ ਹੁੰਦੀਆਂ, ਤਾਂ ਪੁਆਇੰਟਿਡ ਨੀਡਲਸ ਦਾ ਜਿਹੜਾ ਵੈ ਉਹ ਇਸਤੇਮਾਲ ਕੀਤਾ ਜਾਂਦਾ ਹੈ। ਇਹ ਸੀ ਸਾਰੇ ਕਿ ਅਸੀਂ ਕਿਹੜੇ ਟੂਲਸ ਐਂਡ ਮਟੀਰੀਅਲ ਜਿਹੜੇ ਹੈ ਉਹ ਸਾਨੂੰ ਕਢਾਈ ਦੇ ਵਿੱਚ ਜ਼ਰੂਰੀ ਹੈ। ਹੁਣ ਗੱਲ ਆਉਂਦੀ ਹੈ ਕਿ ਕੁਛ ਪੁਆਇੰਟਸ ਕੁਝ ਗੱਲਾਂ ਜਿਹੜੀਆਂ ਕਿ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਕਢਾਈ ਕਰਨ ਵੇਲੇ। ਉਹਦੇ ਚ ਪਹਿਲਾ ਚੂਜ਼ ਅ ਨੀਡਲ ਐਪਰੋਪ੍ਰੀਏਟ ਟੂ ਦਾ ਥਰੈਡ ਫੈਬਰਿਕ ਐਂਡ ਟਾਈਪ ਆਫ ਹੈਂਡ ਸੇਵਿੰਗ ਸਟਿਚ ਬੀਂਗ ਯੂਜ਼ਡ। ਯਾਨੀ ਕਿ ਜਿਹੜੀ ਨੀਡਲ, ਇਹੀ ਪੁਆਇੰਟ ਮੈਂ ਤੁਹਾਨੂੰ ਹੁਣੇ ਗੱਲ ਕੀਤੀ ਕਿ ਜਿਹੜੀ ਨੀਡਲ ਹੈ ਅਸੀਂ ਧਾਗੇ ਔਰ ਕੱਪੜੇ ਦੇ ਹਿਸਾਬ ਦੇ ਨਾਲ ਅਸੀਂ ਆਪਣੀ ਨੀਡਲ ਦੀ ਸਿਲੈਕਸ਼ਨ ਕਰਨੀ ਹੈ। ਠੀਕ ਹੈ, ਉਸ ਤੋਂ ਅਗਲਾ ਹੈ use a single thread no longer than 24 inches ki assi jehda single thread lena jehda ki 24 inch to lamba na hoye
बेटा जे जिन्ना लंबा धागा होएगा वो अपना उन्ना ही गठ लगन का जिहड़ा उहदे विच अपना डर रहेगा, तां उलझन दे उलझन का डर रहेगा, तां साडा किन्ना ही टाइम जिहड़ा है वो इहदे विच वेस्ट हो जाएगा। उन्ना टाइम सानू धागा पाउण दे विच नहीं सूई च लगना गा अगला धागा पाउण च, जिन्ना कि अगर असीं लंबा धागा लै लैंदे हां कि मैं बार बार पाउण तों बचां, तां वो लंबे धागे नाल की होना है कि साडा वो उलझी जाना है, सानू उन्ना ही ज्यादा टाइम जिहड़ा है वो लग जाएगा। इस करके असीं आधी कढ़ाई दे विच असीं ज्यादा लंबा थ्रेड जिहड़ा है वो नहीं लेना है। ठीक है, अगला है साडा वियर अ थिम्बल टू प्रिवेंट योर फिंगर फ्रॉम पिकिंग, कि असीं अपनी उंगली नूं बचाउण दे लई उहदे ते कट तों बचाउण दे लई असीं थिम्बल जरूर पाउणा है कढ़ाई करन लगे। अगला साडा पॉइंट है कीप द स्टिचिज लूज टू अवॉइड पकरिंग, यानी कि जदों असीं कढ़ाई करन लगे जदों असीं टांके भरी दे है तां वो जिहड़े साडे टांके है वो साडे ज्यादा असीं टाइट नहीं लैने है। जे असीं ज्यादा टाइट टांके लांगे तां जदों असीं फ्रेम दे उत्तों अपना कपड़ा खोलांगे तां की हो जांदा है उहदे आसे पासे पकरिंग हो जांदी है। पकरिंग मीन्स कपड़ा इकट्ठा हो जांदा है। इस करके असीं जिहड़े स्टिचिज है वो ज्यादा टाइट नहीं लैने है। फ्रेम ते लगा हुंदा उस टाइम तां आपां करन लगे आपां नूं लगदा कि भी असीं इहनूं टाइट बना रहे हैं, उस टाइम वो चीज आपां नूं नहीं पता लगती है। जदों असीं उहनूं फ्रेम तों उतारदे हैं तां उहदे की हो जांदा है उहदे आसे पासे डिजाइन दे जिहड़ा मोटिव है साडा उहदे आसे पासे पकरिंग हो जांदी है। इस करके जिहड़े स्टिचिज है वो असीं ज्यादा टाइट नहीं लैने है। उस तो अगे है बिगिन एंड एंड हैंड सेविंग टूल्स विद अ टेलर्स नॉट, जदों भी असीं अपनी कढ़ाई जिहड़ी है वो शुरू करन लगनी है तां असीं नॉट जरूर लगानी है, गट लगानी है। और गट आपां नूं पता है कि कढ़ाई दे विच असीं नीचों दी नहीं लगाने है, असीं उपरों तो ही लगा के आपां उस धागे नूं पक्का कर दी दा ते उहदे उपर अपनी कढ़ाई दी स्टिच दे लई दी है। ठीक है, और बाद दे विच यानी कि पर एक असीं नॉट तां दई दी है ना, उहनूं पक्का तां करी दा ना, नहीं तां भी साडी कढ़ाई जिहड़ी है खुल जाएगी। इस करके जिहड़ी कढ़ाई दे बिगिन दे विच शुरू दे विच और एंड दे विच जिहड़ा है वो असीं टेलर नॉट जरूर लगानी। उस तो अगे है साडे बेसिक हैंड सेविंग स्टिचिस है कि है, साडे कई बेसिक हैंड सेविंग स्टिचिस है जिन्हां चो असीं अज जिहड़े डिस्कस करांगे, ओह है बास्टिंग, बैक स्टिच, बटन होल स्टिच, ब्लैंकेट स्टिच, चेन स्टिच, लेजी डेजी स्टिच, हैरिंग बोन स्टिच, फ्रेंच नॉट स्टिच, स्टेम स्टिच, क्रॉस स्टिच अते फ्लाई स्टिच। सब तो पहले असी गल करते हैं बास्टिंग स्टिच की। बास्टिंग स्टिच की होंगी है? द बास्टिंग स्टिच ऑल्सो नोन एज टैकिंग कैन बी डिफाइंड एज अ लॉन्ग रनिंग स्टिच मेनली यूज टू टेंपरेरली होल्ड टू और मोर लेयर ऑफ फैब्रिक टूगैदर। जिहड़ी ये बास्टिंग स्टिच जिन्हों की असी टैकिंग भी किया जाता है, रनिंग स्टिच भी किया जाता है, एक तरह की रनिंग जिन्हों कहते हैं दौड़ता हुआ टांका, दौड़ता मतलब कि जिहड़ा असी फटाफट करते हैं, ये यूज किया जाता है टू टैंपरेरली होल्ड करने लिए दो या दो तो ज्यादा फैब्रिक दी जिहड़ियां लेयर है उन्होंने होल्ड करने लिए इकट्ठा करने लिए अंटिल दे कैन बी प्रॉपरली सीन, जब तक कि उन्होंने परमानेंट स्टिच के नाल सिल ना दिता जाए तद तक वास्ते असी जिहड़ी उन्हों करते हैं उन्हों असी की कहने हैं बास्टिंग कहने हैं। बास्टिंग जिहड़ी है कई तरह की होंगी है, जिवें कि इवन बास्टिंग स्टिच, अनइवन बास्टिंग स्टिच अते डायगनल बास्टिंग स्टिच। इवन बास्टिंग स्टिच की है कि असी जिन्ना असी सूई दे उपरों दी असी कपड़ा लेना है उन्ना ही असी कपड़ा की है उदे सूई नाल आपां जिहड़ा कपड़ा चकना है वह असी जिन्ना उपरों चुकना है उन्ना ही साडा स्टिच जिहड़ा है वह थल्यों दी होना चाहिए है, बराबर होना चाहिए है, तां उहनूं असी की कहने है ईवन बास्टिंग स्टिच। ईवन का मतलब है बराबर, ए उपरो हेठा इको बराबर हुंदा है, जिवें कि स्मोकिंग दे विच पाया जाण वाला जिहड़ा साडा कच्चा टांका है ओह। उस तो बाद आ जांदी है अनइवन बास्टिंग, ए टांका जिहड़ा है उपरो छोटा अते कपड़े दी हेठली तह तो वड्डा दिखाई दिंदा। ठीक है, उपरो असीं छोटा लैणा स्टिच ते हेठली तह तो वड्डा लैणा। ये जिहड़े स्टिच है बेटा ये जिहड़े है इट दीस कैन बी यूज टैंपरेरली एज वैल एज परमानेंटली, मतलब कि असी इन्हां नूं टेंपरेरी भी लै सकते हैं। जिद्दां कि हुण तुसीं लाइनिंग वाला सूट स्टिच करना है
ਤਾਂ ਅਸੀਂ ਫਟਾਫਟ ਈਵਨ ਬਾਸਟਿੰਗ ਜਿਹੜੀ ਆ ਉਹ ਕਰਕੇ ਅਸੀਂ ਪਹਿਲੇ ਉਹਨੂੰ ਕੱਪੜਾ, ਕਿਉਂਕਿ ਨਹੀਂ ਤਾਂ ਆਪਣਾ ਸਲਿਪ ਹੋ ਜਾਊਗਾ ਕੱਪੜਾ ਲਾਈਨਿੰਗ ਤੋਂ ਕੱਟਣ ਵੇਲੇ, ਉਹ ਗਲਤ ਹੋ ਸਕਦਾ, ਵੱਡਾ ਛੋਟਾ ਕੱਟਿਆ ਜਾ ਸਕਦਾ, ਤਾਂ ਅਸੀਂ ਈਵਨ ਬਾਸਟਿੰਗ ਸਟਿਚ ਕਰਕੇ ਉਹਨੂੰ ਕਰ ਲਈਦਾ, ਬਾਅਦ ਚੋਂ ਆਪਾਂ ਉਹਨੂੰ ਉਧੇੜ ਦਈਦਾ। ਪਰ ਕੁਛ ਜਿਹੜੇ ਹੁੰਦੀ ਹੈ ਇਹ ਟੈਂਪਰੇਰੀ ਹੁੰਦੀ ਹੈ, ਕਈ ਜਗ੍ਹਾ ਤੇ ਅਸੀਂ ਇਹਨਾਂ ਨੂੰ ਪਰਮਾਨੈਂਟ ਵੀ ਕਰਦੇ ਹਾਂ। ਜਿਵੇਂ ਹੁਣ ਤੁਸੀਂ ਸਾੜੀ ਦੀ ਫੋਲ ਲਗਾਉਣੀ ਹੈ, ਸਾੜੀ ਦੀ ਫੋਲ ਅਸੀਂ ਅਨਈਵਨ ਬਾਸਟਿੰਗ ਸਟਿਚ ਨਾਲ ਲਗਾਈ ਦੀ ਹੈ ਕਿ ਅਸੀਂ ਉੱਪਰੋਂ ਟਾਂਕਾ ਛੋਟਾ ਲਈਦਾ, ਨੀਚਿਓਂ ਦੀ ਉਹਨੂੰ ਉਹ ਵੱਡਾ ਲਈਦਾ ਕਿ ਉੱਪਰੋਂ ਛੋਟੇ ਛੋਟੇ ਟਾਂਕੇ ਜਿਹੜੇ ਆ ਉਹ ਨਜ਼ਰ ਆਉਣ। ਠੀਕ ਹੈ, ਤਾਂ ਉਹ ਜਿਹੜੀ ਸਟਿਚ ਹੈ ਉਸ ਟਾਈਮ ਉਹ ਤੁਹਾਡੀ ਕੀ ਹੈ ਜਦੋਂ ਤੁਸੀਂ ਉਹਨੂੰ ਉਹਦੇ ਤੇ ਬਣਾਇਆ, ਉਹ ਤੁਹਾਡੀ ਪਰਮਾਨੈਂਟ ਹੈ, ਕਿਉਂਕਿ ਉਹਨੂੰ ਤੁਸੀਂ ਬਾਅਦ ਦੇ ਵਿੱਚ ਉਧੇੜਨਾ ਨਹੀਂ ਹੈ, ਤੁਸੀਂ ਬਾਅਦ ਚ ਉਹਦੇ ਤੇ ਸਿਲਾਈ ਵੀ ਲਗਾਉਣੀ ਹੈ। ਠੀਕ ਹੈ, ਦੈਟ ਵਿਲ ਬੀ ਰਿਮੇਨ ਔਰ ਉਸੇ ਤਰ੍ਹਾਂ ਹੀ ਰਹੇਗੀ। ਠੀਕ ਹੈ, ਤਾਂ ਇਹ ਜਿਹੜੀ ਬਾਸਟਿੰਗ ਸਟਿਚ ਹੈ ਇਹ ਟੈਂਪਰੇਰੀ ਵੀ ਹੁੰਦੀ ਹੈ ਔਰ ਪਰਮਾਨੈਂਟ ਵੀ ਹੁੰਦੀ ਹੈ। ਉਸ ਤੋਂ ਬਾਅਦ ਜਿਹੜੀ ਸਾਡੀ ਅਗਲੀ ਬਾਸਟਿੰਗ ਸਟਿਚ ਹੈ ਉਹ ਹੈ ਡਾਇਗਨਲ ਬਾਸਟਿੰਗ। ਡਾਇਗਨਲ ਬਾਸਟਿੰਗ ਕੀ ਹੁੰਦੀ ਹੈ, ਇਹ ਬਾਸਟਿੰਗ ਤਿਰਛੀ ਪਾਈ ਜਾਂਦੀ ਹੈ ਅਤੇ ਕਿਸੇ ਵੀ ਕਿਨਾਰੇ ਨੂੰ ਬੰਨਣ ਲਈ ਇਹਨੂੰ ਪਾਇਆ ਜਾਂਦਾ ਹੈ। ਜਿਵੇਂ ਕਿ ਆਪਾਂ ਕਹਿ ਲਈਏ ਕਿ ਪੈਂਟ ਦੀ ਬੈਲਟ ਨੂੰ ਜਦੋਂ ਆਪਾਂ ਅੰਦਰੋਂ ਤਿਆਰ ਕਰਦੇ ਹਾਂ, ਇਹ ਟਾਂਕਾ ਜਿਹੜਾ ਹੈ ਉਹ ਲਗਾਇਆ ਜਾਂਦਾ ਹੈ। ਤਾਂ ਔਰ ਜਾਂ ਆਪਾਂ ਜ਼ਿਪ ਲਗਾਈ ਹੈ, ਤਾਂ ਜ਼ਿਪ ਆਪਾਂ ਇਨਵਿਜ਼ੀਬਲ ਜ਼ਿਪ ਲਗਾਈ ਹੈ, ਤਾਂ ਅਸੀਂ ਕੀ ਕਰਦੇ ਹਾਂ ਕਿ ਡਾਇਗਨਲ ਆਹ ਬਾਸਟਿੰਗ ਕਰਕੇ ਕਿ ਉਹਨੂੰ ਕਰ ਦਈਦਾ ਤਾਂ ਕਿ ਉਹਦੀ ਜਿਹੜੀ ਉਹ ਕਿਨਾਰੇ ਆ ਉਹ ਬੈਠ ਜਾਣ। ਔਰ ਪੋਕਿਟਸ ਦੇ ਵਿੱਚ ਇਹ ਬਹੁਤ ਜ਼ਿਆਦਾ ਯੂਜ਼ ਹੁੰਦੀ ਹੈ। ਜਦੋਂ ਆਪਾਂ ਪੈਂਟ ਦੀਆਂ ਪੋਕਿਟਸ ਬਣਾਉਣੀ ਹੈ, ਜਿਹੜੀ ਆਪਾਂ ਬੈਕ ਪੋਕਿਟ ਬਣਾਈ ਦੀ ਹੈਗੀ ਹੈ, ਤਾਂ ਉਹਦੇ ਵਿੱਚ ਅਸੀਂ ਕੀ ਕਰੀਦਾ, ਜਿਹੜੀ ਪਾਈਪਿੰਗ ਹੈ ਕਿ ਉਹਦੀ ਪ੍ਰੋਪਰਲੀ ਬੈਠ ਜਾਏ, ਤਾਂ ਅਸੀਂ ਇਹਨੂੰ ਉਹਨੂੰ ਡਾਇਗਨਲ ਬਾਸਟਿੰਗ ਸਟਿਚ ਦੇ ਨਾਲ ਜਿਹੜਾ ਉਹਦੇ ਕਿਨਾਰਿਆਂ ਨੂੰ ਬਿਠਾ ਦੇਈਦਾ। ਤੇ ਬਾਅਦ ਦੇ ਵਿੱਚ ਜਦੋਂ ਸਾਡਾ ਸਾਰਾ ਕੰਪਲੀਟ ਹੋ ਜਾਂਦਾ, ਤਾਂ ਫਿਰ ਅਸੀਂ ਉਹਨੂੰ ਕੀ ਕਰ ਲਈਦਾ, ਉਧੇੜ ਦੇਈਦਾ। ਠੀਕ ਹੈ, ਤਾਂ ਉਹ ਵੀ ਟੈਂਪਰੇਰੀਲੀ ਕੀਤੀ ਜਾਂਦੀ ਹੈ। ਤਾਂ ਉਹ ਡਾਇਗਨਲ ਬਾਸਟਿੰਗ ਸਟਿਚ ਜਿਹੜੀ ਹੈ ਉਹ ਅਸੀਂ ਕਦੋਂ ਕਰਨੀ ਹੈ, ਜਦੋਂ ਅਸੀਂ ਕਿਨਾਰਿਆਂ ਨੂੰ ਬੰਨਣਾ ਹੈ, ਕੋਈ ਵੀ ਦੋ ਕਿਨਾਰੇ ਆ ਉਹਨਾਂ ਨੂੰ ਅਸੀਂ ਬੰਨਣਾ, ਟਾਈ ਕਰਨਾ, ਤਾਂ ਅਸੀਂ ਡਾਇਗਨਲ ਬਾਸਟਿੰਗ ਸਟਿਚ ਦੇ ਨਾਲ ਜਿਹੜਾ ਉਹਨਾਂ ਨੂੰ ਕਰੀਦਾ। ਉਸ ਤੋਂ ਅਗਲਾ ਜਿਹੜਾ ਸਾਡਾ ਸਟਿਚ ਆ ਜਾਂਦਾ ਹੈਗਾ ਉਹ ਹੈ ਬੈਕ ਸਟਿਚ। ਬੈਕ ਸਟਿਚ ਜਿਹਨੂੰ ਕਿ ਪੰਜਾਬੀ ਦੇ ਵਿੱਚ ਬਖੀਆ ਟਾਂਕਾ ਵੀ ਕਿਹਾ ਜਾਂਦਾ ਹੈ। ਬਖੀਆ ਕੀ ਹੁੰਦਾ, ਮਸ਼ੀਨ ਦੇ ਵਿੱਚ ਸਾਡਾ ਬਖੀਆ ਹੁੰਦਾ ਹੈ ਨਾ, ਤਾਂ ਇਹ ਜਿਹੜਾ ਟਾਂਕਾ ਹੈ ਇਹਦੀ ਲੁੱਕ ਵੀ ਕਿੱਦਾਂ ਦੀ ਆਉਂਦੀ ਹੈ, ਜਿੱਦਾਂ ਦਾ ਕਿ ਸਾਡਾ ਮਸ਼ੀਨ ਦਾ ਬਖੀਆ ਹੁੰਦਾ, ਜਿੱਦਾਂ ਦਾ ਮਸ਼ੀਨ ਦਾ ਬਖੀਆ ਹੁੰਦਾ, ਬਿਲਕੁਲ ਇਹਦੀ ਲੁੱਕ ਜਿਹੜੀ ਹੈ ਉਹ ਫਰੰਟ ਸਾਈਡ ਤੋਂ ਉਸ ਤਰ੍ਹਾਂ ਦੀ ਆਉਂਦੀ ਹੈ। ਇਹ ਵੀ ਇੱਕ ਤਰ੍ਹਾਂ ਦਾ ਟੈਂਪਰੇਰੀ ਸਟਿਚ ਹੈ। ਇਹ ਦੋ ਤਰ੍ਹਾਂ ਨਾਲ ਅਸੀਂ ਕਰ ਸਕਦੇ ਹਾਂ, ਫੁੱਲ ਬੈਕ ਸਟਿਚ ਵੀ ਕਰ ਸਕਦੇ ਹਾਂ, ਹਾਫ ਬੈਕ ਸਟਿਚ ਵੀ ਕਰ ਸਕਦੇ ਹਾਂ। ਇਹਦੇ ਨਾਲ ਬਿਲਕੁਲ ਮਸ਼ੀਨ ਵਰਗਾ ਜਿਹੜਾ ਸਟਿਚ ਹੈ ਉਹ ਆ ਜਾਂਦਾ ਹੈ। ਪਹਿਲੇ ਸਮੇਂ ਦੇ ਵਿੱਚ ਕੀ ਹੁੰਦਾ ਸੀ ਕਿ ਜਦੋਂ ਮਸ਼ੀਨਾਂ ਨਹੀਂ ਹੁੰਦੀਆਂ ਸੀਗੀਆਂ, ਤਾਂ ਬਖੀਆ ਜਿਹੜਾ ਉਹ ਹੱਥ ਨਾਲ ਹੀ ਕਰ ਲਿਆ ਜਾਂਦਾ ਸੀ। ਤਾਂ ਉਸ ਟਾਈਮ ਵੀ ਜਿਹੜੀ ਹੈ ਇਹ ਟਾਂਕਾ ਜਿਹੜਾ ਇਹ ਸ਼ੁਰੂ ਹੋਇਆ ਸੀ ਕਿ ਵੀ ਹੱਥ ਦੇ ਨਾਲ ਹੀ, ਜਾਂ ਕਈ ਵਾਰੀ ਕੀ ਹੁੰਦਾ ਕਿ ਆਪਾਂ ਕੋਈ ਛੋਟੀ ਛੋਟੀ ਮੁਰੰਮਤ ਕਰਨ ਲਈ, ਮੁਰੰਮਤ ਤੋਂ ਮੇਰਾ ਮਤਲਬ ਕਿ ਕੋਈ ਛੋਟਾ ਜਿਹਾ ਆਪਣਾ ਕੋਈ ਗਾਰਮੈਂਟ ਦਾ ਕੋਈ ਪਾਰਟ ਹੈ ਜਿਹੜਾ ਆਪਣਾ ਉਧੜ ਗਿਆ ਜਰਕ, ਤੇ ਆਪਾਂ ਨੂੰ ਹੁੰਦਾ ਕਿ ਮੈਂ ਮਸ਼ੀਨ ਤੇ ਕੀ ਕਰਾਂਗੀ ਕਿ ਮੈਂ ਇਹਨੂੰ ਬੈਕ ਸਟਿਚ ਦੇ ਨਾਲ ਹੀ ਮੈਂ ਇਹਨੂੰ ਹੱਥ ਨਾਲ ਟਾਂਕਾ ਲਗਾ ਦਿੰਦੀ ਹਾਂ। ਬੈਕ ਸਟਿਚ ਦੇ ਨਾਲ ਉਹ ਬਿਲਕੁਲ ਮਸ਼ੀਨ ਵਰਗੀ ਜਿਹੜੀ ਟੈਕਿੰਗ ਹੈ ਉਹ ਸਾਡੀ ਮਸ਼ੀਨ ਵਰਗੀ ਜਿਹੜੀ ਸਟਿਚ ਹੈ ਉਹ ਆ ਜਾਂਦੀ ਹੈ। ਇਸਦੇ ਟਾਂਕੇ ਹਮੇਸ਼ਾ ਸੱਜੇ ਤੋਂ ਖੱਬੇ ਪਾਸੇ ਵੱਲ ਲਗਾਏ ਜਾਂਦੇ ਹੈ। ਮੇਕ ਵਨ ਰਨਿੰਗ ਸਟਿਚ, ਦੈਨ ਟੇਕ ਅ ਬੈਕ ਸਟਿਚ ਟੂ ਦਾ ਬਿਗਨਿੰਗ ਆਫ ਦਾ ਫਸਟ ਸਟਿਚ, ਦਸ ਓਵਰਲੈਪਿੰਗ ਈਚ ਰਨਿੰਗ ਸਟਿਚ। ਕੀ ਹੁੰਦਾ ਕਿ ਅਸੀਂ ਪਹਿਲੇ ਇੱਕ, ਜਿੱਦਾਂ ਆਪਾਂ ਕੱਚਾ ਟਾਂਕਾ ਲਈਦਾ ਬਾਸਟਿੰਗ ਕਰੀ ਦੀ, ਆਪਾਂ ਇੱਕ ਟਾਂਕਾ ਲੈ ਲਿਆ, ਦੂਜਾ ਟਾਂਕਾ ਆਪਾਂ ਕੀ ਕੀਤਾ ਉਹਦੇ ਅੱਧ ਚੋਂ ਸ਼ੁਰੂ ਕੀਤਾ, ਫਿਰ ਇਸੇ ਤਰ੍ਹਾਂ ਤੀਸਰਾ ਉਹਦੇ ਅੱਧ ਵਿੱਚੋਂ ਸ਼ੁਰੂ ਕਰਕੇ ਆਪਾਂ ਜਿਹੜੇ ਟਾਂਕੇ ਹੈ ਉਹ ਲਈ ਜਾਂਦੇ ਹਾਂ। ਔਰ ਫਰੰਟ ਸਾਈਡ ਤੇ ਜਿੱਦਾਂ ਇਹ ਇਮੇਜ ਵਿੱਚ ਤੁਸੀਂ ਦੇਖ ਰਹੇ ਹੋ ਥਰਡ ਵਾਲੀ, ਇਸ ਤਰ੍ਹਾਂ ਦੀ ਜਿਹੜੀ ਹੈ ਉਹ ਸਾਡੀ ਲੁੱਕ ਫਰੰਟ ਸਾਈਡ ਤੇ ਬੈਕ ਸਟਿਚ ਦੀ ਆ ਜਾਂਦੀ ਹੈ। ਉਸ ਤੋਂ ਬਾਅਦ ਹੈ ਬੇਟਾ ਸਾਡਾ ਬਟਨ ਹੋਲ ਸਟਿਚ। ਬਟਨ ਹੋਲ ਸਟਿਚ ਕੀ ਹੈ, ਜਿਹਨੂੰ ਕਿ ਅਸੀਂ ਕੀ ਕਹਿੰਦੇ ਹਾਂ, ਅਸੀਂ ਕਾਜ ਟਾਂਕਾ ਵੀ ਕਿਹਾ ਜਾਂਦਾ ਹੈ। ਦਿਸ ਸਟਿਚ ਇਜ਼ ਨਾਟ ਵਨ ਆਫ ਦਾ ਈਜ਼ੀਐਸਟ ਬਟ ਆਰਗੂਏਬਲੀ ਵਨ ਆਫ ਦਾ ਮੋਸਟ ਪਰਪਸਫੁਲ। ਇਹ ਜਿਹੜਾ ਸਾਡਾ ਸਭ ਤੋਂ ਸੌਖਾ, ਔਰ ਸੌਖਾ ਕਹਿ ਲਈਏ ਜਾਂ ਆਪਾਂ ਕਹਿ ਲਈਏ ਮੋਸਟ ਪਰਪਸਫੁਲ, ਕਿ ਕੋਈ ਵੀ ਮਤਲਬ ਬਹੁਤ ਜ਼ਿਆਦਾ ਪਰਪਸ ਨੂੰ ਸੋਲਵ ਕਰ ਦੇਣ ਵਾਲਾ ਇੱਕ ਇਹ ਸਟਿਚ ਹੈ। ਵਰਕਿੰਗ ਅ ਬਾਰਡਰ, ਐਕਚੁਲੀ ਦੇਅਰ ਆਰ ਮੈਨੀ ਵੇਰੀਏਸ਼ਨ ਆਫ ਬਟਨ ਹੋਲ ਬਾਰਡਰ। ਵਰਕਿੰਗ ਅ ਬਾਰਡਰ, ਐਪਲੀਕ ਵਰਕ, ਫਿਲਿੰਗ ਅ ਸ਼ੇਪ, ਲੀਵਸ ਦੀ ਹੋ ਗਈ, ਫਲਾਵਰ ਸ਼ੇਪਸ ਹੋ ਗਈਆਂ ਸਪੈਸ਼ਲੀ, ਐਂਡ ਐਜਿੰਗ ਹੋ ਗਈ, ਤਾਂ ਇਹ ਜਿਹੜੀ ਬਟਨ ਹੋਲ ਸਟਿਚ ਦਾ ਜਿਹੜਾ ਇਸਤੇਮਾਲ ਜਿਹੜਾ ਕੀਤਾ ਜਾਂਦਾ ਹੈ।
ਬਟਨ ਹੋਲ ਸਟਿਚ ਦਾ ਜਿਹੜਾ ਮੇਨ ਤਾਂ ਅਸੀਂ ਇਹਨੂੰ ਕਿਹਾ ਜਾਂਦਾ ਹੈ ਕਾਜ ਟਾਂਕਾ, ਤੇ ਇਸ ਦਾ ਇਸਤੇਮਾਲ ਜਿਹੜਾ ਹੈ ਉਹ ਅਸੀਂ ਜਿਹੜਾ ਕਾਜ ਬਣਾਉਣ ਲਈ ਇਹਦਾ ਇਸਤੇਮਾਲ ਕਰਦੇ ਹਾਂ। ਜਦੋਂ ਅਸੀਂ ਕਾਜ ਬਣਾਉਣਾ ਹੈ ਜਾਂ ਅਸੀਂ ਹੁੱਕ ਬਣਾਉਣੀ ਹੈ ਤਾਂ ਉਹਦੇ ਵਾਸਤੇ ਅਸੀਂ ਜਿਹੜੀ ਹੈ ਉਹ ਬਟਨ ਹੋਲ ਸਟਿਚ ਦਾ ਇਸਤੇਮਾਲ ਕਰਦੇ ਹਾਂ। ਹੁਣ ਤਾਂ ਸਾਡੇ ਇਹ ਬਟਨ ਹੋਲ ਸਟਿਚ ਜਿਹੜੀ ਹੈ ਉਹ ਮਸ਼ੀਨਾਂ ਨਾਲ ਹੀ ਕਾਜ ਜਿਹੜੇ ਹੈ ਉਹ ਤਿਆਰ ਹੋ ਜਾਂਦੇ ਹੈ, ਪਰ ਇਸ ਨੂੰ ਅਸੀਂ ਹੱਥ ਨਾਲ ਵੀ ਬੜੀ ਸਫਾਈ ਦੇ ਨਾਲ ਕਰਕੇ ਅਸੀਂ ਹੱਥ ਨਾਲ ਵੀ ਇਹਨੂੰ ਕਰ ਸਕਦੇ ਹਾਂ, ਔਰ ਸ਼ਰਟਸ ਦੇ ਉੱਤੇ ਜਿਹੜਾ ਕਾਜ ਹੈ ਉਹ ਬਟਨ ਹੋਲ ਸਟਿਚ ਦੀ ਮਦਦ ਨਾਲ ਕਰ ਸਕਦੀ ਹਾਂ। ਅਗਲਾ ਹੈ ਸਾਡਾ ਬਲੈਂਕਟ ਸਟਿਚ। ਬਟਨ ਹੋਲ ਸਟਿਚ ਦੀ ਤਰ੍ਹਾਂ ਹੀ ਬਿਲਕੁਲ ਜਿੱਦਾਂ ਬਟਨ ਹੋਲ ਸਟਿਚ ਹੈ ਉਦਾਂ ਦਾ ਹੀ ਸਾਡਾ ਇਹ ਸਟਿਚ ਹੈ ਜਿਹਨੂੰ ਕਿ ਬਲੈਂਕਟ ਜੇ ਤੁਹਾਨੂੰ ਕੋਈ ਡਿਫਰੈਂਸ ਆਪਾਂ ਨੂੰ ਡਿਫਰੈਂਸ ਬਿਟਵੀਨ ਬਟਨ ਹੋਲ ਐਂਡ ਬਲੈਂਕਟ ਸਟਿਚ ਤਾਂ ਉਹ ਇਹੀ ਡਿਫਰੈਂਸ ਹੈ ਕਿ ਜਿਹੜਾ ਸਾਡਾ ਸਟਿਚ ਦਾ ਗੈਪ ਹੈ ਨਾ ਉਹ ਬਟਨ ਹੋਲ ਸਟਿਚ ਦੇ ਵਿੱਚ ਬਿਲਕੁਲ ਨਾਲ ਨਾਲ ਹੁੰਦਾ ਹੈ, ਤੇ ਬਲੈਂਕਟ ਸਟਿਚ ਦੇ ਵਿੱਚ ਜਿਹੜੇ ਸਟਿਚ ਹੈ ਅਸੀਂ ਉਹ ਦੂਰ ਨੂੰ ਲਈਦੇ। ਹੋਰ ਇਹਨਾਂ ਦੇ ਵਿੱਚ ਫਰਕ ਨਹੀਂ ਹੈ। ਬਲੈਂਕਟ ਸਟਿਚ ਇਹੀ ਹੈ ਕਿ ਇਹਦੇ ਵਿੱਚ ਅਸੀਂ ਜਿਹੜਾ ਸਟਿਚ ਹੈ ਉਹ ਥੋੜਾ ਦੂਰ ਲਈਦਾ। ਬਟਨ ਹੋਲ ਦੇ ਵਿੱਚ ਜਿੱਦਾਂ ਕਿ ਤੁਸੀਂ ਕਾਜ ਦੇ ਵਿੱਚ ਦੇਖਿਆ ਆਪਾਂ ਬਿਲਕੁਲ ਨਾਲ ਨਾਲ ਟਾਂਕੇ ਜਿਹੜੇ ਆ ਆਪਾਂ ਉਹ ਲਈਦੇ ਹੈ, ਤੇ ਬਟ ਬਲੈਂਕਟ ਸਟਿਚ ਦੇ ਵਿੱਚ ਅਸੀਂ ਥੋੜਾ ਜਿਹਾ ਡਿਸਟੈਂਸ ਰੱਖ ਕੇ ਜਿਹੜਾ ਉਹ ਟਾਂਕਾ ਉਹ ਲੈਣਾ ਹੈ। ਠੀਕ ਹੈ। ਦ ਬਲੈਂਕਟ ਸਟਿਚ ਇਜ਼ ਅ ਸਟਿਚ ਯੂਜ ਟੂ ਰੀਇਨਫੋਰਸ ਦ ਐਜ ਆਫ ਅ ਥਿਕ ਮਟੀਰੀਅਲ। ਬਲੈਂਕਟ ਸਟਿਚ ਦਾ ਇਸਤੇਮਾਲ ਜਿਹੜਾ ਹੈ ਜਿਹੜੇ ਐਜ ਹੁੰਦੇ ਹੈ ਮੋਟੇ ਥਿਕ ਮਟੀਰੀਅਲ ਹੋ ਗਿਆ ਮੋਟਾ ਕੱਪੜਾ, ਬਲੈਂਕਟ ਜਿਹਦਾ ਕੰਬਲ ਮੋਟਾ ਹੀ ਹੁੰਦਾ ਹੈ ਨਾ, ਤਾਂ ਇਹ ਜਿਹੜਾ ਬਲੈਂਕਟ ਸਟਿਚ ਹੈ ਇਹਦਾ ਇਸਤੇਮਾਲ ਮੋਟੇ ਕੱਪੜਿਆਂ ਦੇ ਜਿਹੜੇ ਕਿਨਾਰੇ ਹੈ ਜਿਹੜੇ ਐਜ ਹੈ ਉਹਨਾਂ ਨੂੰ ਪੱਕਾ ਕਰਨ ਲਈ ਕੀਤਾ ਜਾਂਦਾ ਹੈ। ਡਿਪੈਂਡਿੰਗ ਔਨ ਅ ਸਰਕਮਸਟਾਂਸ ਇਟ ਮੇ ਆਲਸੋ ਬੀ ਕਾਲਡ ਅ ਕੇਬਲ ਸਟਿਚ ਔਰ ਅ ਕਰੋਚਿਟ ਸਟਿਚ। ਇਟ ਇਜ਼ ਅ ਡੈਕੋਰੇਟਿਵ ਸਟਿਚ ਯੂਜ ਟੂ ਫਿਨਿਸ਼ ਐਨ ਅਨਹੈਮਡ ਬਲੈਂਕਟ। ਦ ਸਟਿਚ ਕੈਨ ਬੀ ਸੀਨ ਔਨ ਦ ਬੋਥ ਸਾਈਡ ਆਫ ਦ ਬਲੈਂਕਟ। ਇਸ ਟਾਂਕੇ ਦਾ ਜਿਹੜਾ ਇਸਤੇਮਾਲ ਹੈ ਉਹ ਮੋਟੇ ਕੱਪੜਿਆਂ ਦੇ ਕਿਨਾਰਿਆਂ ਨੂੰ ਸਜਾਉਣ ਲਈ ਜਾਂ ਆਪਾਂ ਕਹਿ ਲਈਏ ਉਹਨਾਂ ਦੇ ਐਜ ਨੂੰ ਰੀਇਨਫੋਰਸ ਮਜ਼ਬੂਤ ਕਰਨ ਦੇ ਲਈ ਕੀਤਾ ਜਾਂਦਾ ਹੈ। ਬਿਨਾਂ ਆਪਾਂ ਕਹਿ ਲਈਏ ਗੋਟੇ ਜਾਂ ਪੱਟੀ ਲੱਗੇ ਜਿਹੜੇ ਕੰਬਲ ਹੁੰਦੇ ਹੈ ਉਹਨਾਂ ਨੂੰ ਸਜਾਉਣ ਦੇ ਲਈ ਇਸ ਟਾਂਕੇ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸਜਾਉਣ ਦੇ ਪਰਪਸ ਤੋਂ ਵੀ ਹੋ ਗਿਆ ਔਰ ਉਹਨੂੰ ਰੀਇਨਫੋਰਸ ਪੱਕਾ ਕਰਨ ਦੇ ਪਰਪਸ ਤੋਂ ਵੀ ਹੋ ਗਿਆ। ਇਹ ਟਾਂਕਾ ਜਿਹੜਾ ਹੈ ਕੰਬਲ ਦੀਆਂ ਦੋਨੋਂ ਸਾਈਡਾਂ ਤੇ ਦਿਖਣਾ ਚਾਹੀਦਾ। ਤੁਸੀਂ ਇਹ ਨਹੀਂ ਕਿ ਤੁਸੀਂ ਕੰਬਲ ਲਿਆ ਉਹਦੇ ਤੇ ਬਲੈਂਕਟ ਸਟਿਚ ਕਰ ਰਹੇ ਹੋ ਤਾਂ ਤੁਸੀਂ ਕੱਲਾ ਫਰੰਟ ਤੋਂ ਹੀ ਉਹ ਤੁਹਾਡੀ ਉਹ ਦਿਖ ਰਹੀ ਹੈ, ਦੂਸਰੀ ਸਾਈਡ ਤੋਂ ਨਹੀਂ ਦਿਖ ਰਹੀ ਕਿਉਂਕਿ ਕੰਬਲ ਦੇ ਵਿੱਚ ਵੀ ਕੋਈ ਸਿੱਧਾ ਔਰ ਪੁੱਠਾ ਸਾਈਡ ਨਹੀਂ ਹੁੰਦੀ ਹੈ, ਤਾਂ ਇਸ ਕਰਕੇ ਦੋਨੋਂ ਸਾਈਡ ਤੋਂ ਤੁਸੀਂ ਉਹਨਾਂ ਨੂੰ ਲੈ ਸਕਦੇ ਹੋ। ਕੋਈ ਵੀ ਇਸ ਤਰ੍ਹਾਂ ਦੇ ਨਹੀਂ ਹੁੰਦੇ ਜਿਹੜੇ ਕਿ ਵਨ ਸਾਈਡਿਡ ਹੋਣ। ਠੀਕ ਹੈ। ਦੇ ਆਰ ਬੋਥ ਸਾਈਡਿਡ। ਤਾਂ ਜਿਹੜੇ ਤੁਸੀਂ ਇਹਦੇ ਕਿਨਾਰਿਆਂ ਦੇ ਉੱਤੇ ਜਿਹੜੀ ਤੁਸੀਂ ਬਲੈਂਕਟ ਸਟਿਚ ਕਰਨੀ ਹੈ ਤਾਂ ਇਹ ਵੀ ਸਾਡੀਆਂ ਬੋਥ ਸਾਈਡਸ ਤੇ ਦਿਖਣੀ ਚਾਹੀਦੀ ਹੈ। ਕੰਬਲ ਤੋਂ ਇਲਾਵਾ ਇਸ ਟਾਂਕੇ ਦਾ ਇਸਤੇਮਾਲ ਕੋਈ ਸਵੈਟਰ ਹੋ ਗਿਆ ਜਾਂ ਸਾਡੇ ਸਵਿਮ ਸੂਟਸ ਹੋ ਗਏ ਜਾਂ ਹੋਮ ਡੈਕੋਰੇਟਿਵ ਥਿੰਗਸ ਜਿੱਦਾਂ ਕਿ ਸੋਫਾ ਕਵਰ ਹੋ ਗਏ ਜਾਂ ਟੇਬਲ ਸੈਟਸ ਹੁੰਦੇ ਆ ਜਿਹੜੇ ਉਹਨਾਂ ਤੇ ਉਹਨਾਂ ਦੀਆਂ ਕਿਨਾਰਿਆਂ ਤੇ ਵੀ ਅਸੀਂ ਜਿਹੜਾ ਵੈ ਉਹ ਤਾਂ ਕਿ ਉਹ ਉਹਨਾਂ ਦੇ ਸਾਈਡਾਂ ਤੋਂ ਜਿਹੜਾ ਹੈ ਉਹ ਧਾਗੇ ਫਰੇ ਨਾ ਕਰਨ, ਉਹ ਕੱਪੜਾ ਫਰੇ ਨਾ ਕਰੇ, ਧਾਗੇ ਨਾ ਨਿਕਲਣ, ਤਾਂ ਅਸੀਂ ਉਹਦੇ ਲਈ ਵੀ ਜਿਹੜਾ ਹੈ ਉਹ ਬਲੈਂਕਟ ਸਟਿਚ ਦਾ ਜਿਹੜਾ ਇਸਤੇਮਾਲ ਹੈ ਉਹ ਕੀਤਾ ਜਾਂਦਾ ਹੈ। ਇਵਨ ਕਿ ਜਦੋਂ ਪਹਿਲੇ ਓਵਰਲੋਕ ਵਾਲੀਆਂ ਮਸ਼ੀਨਾਂ ਨਹੀਂ ਹੁੰਦੀਆਂ ਸੀ ਜਾਂ ਕਹਿ ਲਈਏ ਆਪਾਂ ਕਿ ਓਵਰਲੋਕ ਕਰਨ ਲਈ ਕੋਈ ਕਹਿ ਦਿੰਦੇ ਆ ਵੀ ਅਸੀਂ ਕੀ ਦੇਣਾ ਸੀ ਘਰ ਵਿੱਚ ਸੂਟ ਸਿਲ ਕੇ ਕੀ, ਅਸੀਂ ਉਹਦੇ ਸਾਈਡਾਂ ਦੇ ਉੱਤੇ ਇਹ ਸਟਿਚ ਕਰਕੇ ਅਸੀਂ ਜਿਹੜਾ ਹੈ ਉਹਦੇ ਧਾਗੇ ਨਿਕਲਣ ਤੋਂ ਉਹਨੂੰ ਬਚਾ ਸਕਦੇ ਹਾਂ। ਠੀਕ ਹੈ। ਤਾਂ ਸੂਟਸ ਦੇ ਜਿਹੜੇ ਆਪਣੇ ਅੰਦਰੋਂ ਜਿੱਧਰੋਂ ਧਾਗੇ ਨਿਕਲਦੇ ਆ ਆਰਮਸ ਹੋਲ ਤੇ ਸਾਈਡ ਤੇ ਉੱਥੇ ਅਸੀਂ ਜਿਹੜੀ ਹੈ ਇਹ ਸਟਿਚ ਕਰਕੇ ਉਹਨੂੰ ਫਰੇ ਕਰਨ ਤੋਂ ਬਚਾ ਸਕਦੇ ਹਾਂ। ਨੈਕਸਟ ਜਿਹੜੀ ਸਾਡੀ ਸਟਿਚ ਆਉਂਦੀ ਹੈ ਉਹ ਹੈ ਚੇਨ ਸਟਿਚ। ਇਹ ਟਾਂਕਾ ਆਊਟਲਾਈਨ ਕਰਨ ਦੇ ਲਈ ਕਢਾਈ ਦੇ ਵਿੱਚ ਇਸਤੇਮਾਲ ਹੋਣ ਵਾਲਾ ਸਭ ਤੋਂ ਮਹੱਤਵਪੂਰਨ ਟਾਂਕਾ ਹੈ ਚੇਨ ਸਟਿਚ। ਠੀਕ ਹੈ। ਇਟ ਇਜ਼ ਯੂਜ਼ ਟੂ ਫਿਲ ਦ ਬਿਗ ਮੋਟਿਵਸ। ਮੋਟਿਵਸ ਕੀ ਹੁੰਦੇ ਆ? ਜਿਹੜਾ ਤੁਸੀਂ ਡਿਜ਼ਾਈਨ ਬਣਾਉਣਾ ਹੈ ਨਾ, ਜਿਹੜਾ ਤੁਸੀਂ ਕੋਈ ਵੀ ਡਿਜ਼ਾਈਨ ਕੱਪੜੇ ਦੇ ਉੱਤੇ ਬਣਾਉਣਾ ਹੈ ਤਾਂ ਉਹ ਜਿਹੜਾ ਡਿਜ਼ਾਈਨ ਹੈ ਉਹਨੂੰ ਅਸੀਂ ਕੀ ਕਵਾਂਗੇ? ਮੋਟਿਵ। ਠੀਕ ਹੈ। ਤਾਂ ਜਿਹੜੇ ਬਿਗ ਮੋਟਿਵਸ ਵਾਸਤੇ ਇਹਦਾ ਇਸਤੇਮਾਲ ਕੀਤਾ ਜਾਂਦਾ ਹੈ। ਠੀਕ ਹੈ। ਇਹ ਜਿਹੜਾ ਇਹਦੇ ਵਿੱਚ ਕੀ ਕੀਤਾ ਜਾਂਦਾ ਹੈ, ਇਨਸਰਟ ਦ ਨੀਡਲ ਇਨ ਐਂਡ ਆਊਟ ਆਫ ਦ ਫੈਬਰਿਕ
bring the thread under the tip of the needle while still in the fabric, then pull the needle through. ਇਹਦੇ ਵਿੱਚ ਅਸੀਂ ਕੀ ਕਰਦੇ ਇਸ ਟਾਂਕੇ ਨੂੰ ਬਣਾਉਣ ਲਈ ਸੂਈ ਲੈ ਕੇ ਮਤਲਬ ਜਦੋਂ ਆਪਾਂ ਸੂਈ ਕੱਪੜੇ ਦੇ ਵਿੱਚੋਂ ਕੱਢੀ ਤਾਂ ਸੂਈ ਦੇ ਆਪਾਂ ਚਾਰੋਂ ਔਰ ਕੀ ਕੀਤਾ ਧਾਗੇ ਦਾ ਚੱਕਰ ਜਿਹਾ ਦੇਤਾ ਫਿਰ ਉਹਦੇ ਵਿੱਚੋਂ ਆਪਾਂ ਕੀ ਕੀਤਾ ਮਤਲਬ ਧਾਗੇ ਦਾ ਚੱਕਰ ਉੱਪਰੋਂ ਦੀ ਦੇਣਾ ਤੇ ਉਹਦੇ ਵਿੱਚੋਂ ਦੀ ਅਸੀਂ ਸੂਈ ਨੂੰ ਕੱਟ ਲੈਣਾ ਜਿਵੇਂ ਕਿ ਆਪਾਂ ਆ ਪਿੱਕ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਕਿ ਫਸਟ ਪਿੱਕ ਦੇ ਵਿੱਚ ਦੇਖੋ ਕਿ ਸੂਈ ਨੂੰ ਉਸ ਚੱਕਰ ਦੇ ਵਿੱਚੋਂ ਦੀ ਆਪਾਂ ਕੱਢਣਾ ਹੈਗਾ ਤਾਂ ਉਹਦੇ ਵਿੱਚੋਂ ਦੀ ਕੱਢਣ ਦੇ ਵਿੱਚ ਕੀ ਹੁੰਦਾ ਇੱਕ ਲੂਪ ਜੀ ਬਣ ਗਈ ਹੈ ਨਾ ਆਪਣੀ ਯੂ ਸ਼ੇਪ ਦੀ ਇੱਕ ਲੂਪ ਬਣ ਗਈ ਹੈ ਨਾ ਤਾਂ ਇੱਕ ਲੂਪ ਬਣਨ ਕਰਕੇ ਵੀ ਇਸ ਨੂੰ ਚੇਨ ਕਿਹਾ ਜਾਂਦਾ ਹੈ ਚੇਨ ਸਟਿਚ ਕਿਹਾ ਜਾਂਦਾ ਹੈ ਇਸ ਸਟਿਚ ਦੇ ਵਿੱਚ ਇਨੋਵੇਸ਼ਨ ਕਰਕੇ ਮਤਲਬ ਇਹਦੇ ਵਿੱਚ ਹੀ ਹੋਰ ਚੇਂਜਸ ਕਰਕੇ ਅਸੀਂ ਹੋਰ ਵੀ ਕਈ ਸਟਿਚਸ ਜਿਹੜੀਆਂ ਬਣਾਈਆਂ ਬਣਾ ਸਕਦੇ ਹਾਂ ਜਿਵੇਂ ਕਿ ਡਬਲ ਚੇਨ ਸਟਿਚ ਹੁੰਦੀ ਹੈ ਜਾਂ ਮੈਜਿਕ ਚੇਨ ਸਟਿਚ ਵੀ ਬਣਾਈ ਜਾ ਸਕਦੀ ਹੈ ਇਹਦੇ ਚ ਜ਼ਿਆਦਾ ਵਧੀਆ ਕਰਨ ਲਈ ਮੈਜਿਕ ਚੇਨ ਸਟਿਚ ਚ ਆਪਾਂ ਕੀ ਕਰਦੇ ਹਾਂ ਕਿ ਅਸੀਂ ਅਲੱਗ ਅਲੱਗ ਧਾਗੇ ਲੈ ਲੈਣੇ ਪਹਿਲਾਂ ਆਪਾਂ ਇੱਕ ਕਲਰ ਦੇ ਨਾਲ ਚੇਨ ਸਟਿਚ ਕਰ ਲੈਣੀ ਠੀਕ ਹੈ ਫਿਰ ਦੂਜੇ ਰੰਗ ਦਾ ਧਾਗਾ ਲੈ ਕੇ ਕਾਊਚਿੰਗ ਸਟਿਚ ਦੀ ਤਰ੍ਹਾਂ ਅਸੀਂ ਚੇਨ ਦੇ ਉੱਪਰੋਂ ਦੀ ਕਰ ਦੇਣਾ ਪਰੋ ਦੇਈਦਾ ਜਿੱਦਾਂ ਠੀਕ ਹੈ ਤਾਂ ਇਹਦੇ ਨਾਲ ਜਿਹੜਾ ਉਹ ਦੋਵੇਂ ਧਾਗੇ ਆਪਣੇ ਰੰਗ ਇਸ ਤਰ੍ਹਾਂ ਦਿਖਦੇ ਆ ਕਿ ਇਹਨੂੰ ਤਾਂ ਹੀ ਮੈਜਿਕ ਚੇਨ ਸਟਿਚ ਵੀ ਕਿਹਾ ਜਾਂਦਾ ਹੈ ਠੀਕ ਹੈ ਉਹ ਇੱਕ ਮੈਜਿਕ ਜੀ ਲੁੱਕ ਆ ਜਾਂਦੀ ਹੈ ਕਿ ਦੋਨੋਂ ਕਲਰਸ ਦੀ ਲੁੱਕ ਆਨ ਕਰਕੇ ਠੀਕ ਹੈ ਇਹ ਟਾਂਕਾ ਦਿਖਣ ਵਿੱਚ ਬਹੁਤ ਸੋਹਣਾ ਲੱਗਦਾ ਹੈ ਔਰ ਬਹੁਤ ਹੀ ਸੌਖਾ ਹੁੰਦਾ ਵੈਰੀ ਈਜ਼ੀ ਟੂ ਮੇਕ ਹੈ ਠੀਕ ਹੈ ਅੱਗੇ ਸਾਡਾ ਜਿਹੜਾ ਅਗਲਾ ਜਿਹੜਾ ਸਟਿਚ ਹੈਗਾ ਹੈ ਉਹ ਹੈਗਾ ਹੈ ਲੇਜ਼ੀ ਡੇਜ਼ੀ ਸਟਿਚ ਚੇਨ ਸਟਿਚ ਤੋਂ ਅੱਗੇ ਚੱਲਦੇ ਹੋਏ ਹੁਣ ਅਸੀਂ ਗੱਲ ਕਰਦੇ ਹਾਂ ਲੇਜ਼ੀ ਡੇਜ਼ੀ ਸਟਿਚ ਦੀ ਇਹ ਵੀ ਇੱਕ ਕੀ ਹੈ ਲੇਜ਼ੀ ਡੇਜ਼ੀ ਸਟਿਚ ਕੀ ਹੈ ਇੱਕ ਡੈਕੋਰੇਟਿਵ ਸਟਿਚ ਹੈ ਇਹ ਟਾਂਕਾ ਜਿਹੜਾ ਉਹ ਵੱਖ ਵੱਖ ਧਾਗਿਆਂ ਨਾਲ ਬਣਾਇਆ ਜਾਂਦਾ ਹੈ ਅਲੱਗ ਅਲੱਗ ਕਲਰ ਦੇ ਆ ਦੇਖ ਰਹੇ ਹੋ ਤੁਸੀਂ ਫਲਾਵਰ ਆਪਾਂ ਬਣਾਏ ਹੈ ਅਲੱਗ ਅਲੱਗ ਕਲਰ ਦੇ ਬਣਾਏ ਹੈ ਇਹ ਚੇਨ ਸਟਿਚ ਦਾ ਹੀ ਜਿਹੜਾ ਹੈ ਉਹ ਲੰਬਾ ਰੂਪ ਹੈ ਯਾਨੀ ਚੇਨ ਸਟਿਚ ਦੇ ਵਿੱਚ ਆਪਾਂ ਛੋਟੇ ਛੋਟੇ ਲੂਪ ਬਣਾਉਣੇ ਹੈ ਤਾਂ ਇਸ ਲੇਜ਼ੀ ਡੇਜ਼ੀ ਸਟਿਚ ਦੇ ਵਿੱਚ ਅਸੀਂ ਜਿਹੜੇ ਲੂਪ ਹੈ ਉਹ ਵੱਡੇ ਬਣਾਉਣੇ ਤਾਂ ਇਹ ਚੇਨ ਸਟਿਚ ਦਾ ਹੀ ਜਿਹੜਾ ਲੰਬਾ ਰੂਪ ਹੈ ਚੇਨ ਸਟਿਚ ਵਿੱਚ ਅਸੀਂ ਸੰਗਲੀ ਪੂਰੀ ਬਣਾ ਲਈ ਦੀ ਹੈ ਯਾਨੀ ਜਿੰਨੀ ਆਪਾਂ ਲਾਈਨ ਬਣਾਉਣੀ ਹੈ ਉਹਨੂੰ ਬਣਾਉਣ ਤੋਂ ਬਾਅਦ ਅਸੀਂ ਐਂਡ ਦੇ ਵਿੱਚ ਉਹਨੂੰ ਪੱਕਾ ਕਰ ਦਈਦਾ ਪਰ ਲੇਜ਼ੀ ਡੇਜ਼ੀ ਦੇ ਵਿੱਚ ਕੀ ਡਿਫਰੈਂਸ ਹੈ ਕਿ ਲੇਜ਼ੀ ਡੇਜ਼ੀ ਦੇ ਵਿੱਚ ਅਸੀਂ ਹਰ ਲੂਪ ਨੂੰ ਲੰਬਾ ਬਣਾ ਮਤਲਬ ਹਰ ਲੂਪ ਲੰਬਾ ਲੂਪ ਬਣਾ ਕੇ ਆਪਾਂ ਉਹਨੂੰ ਨਾਲ ਦੀ ਨਾਲ ਹੀ ਉਹਨੂੰ ਪੱਕਾ ਕਰ ਦੇਣਾ ਫਸਟ ਇਮੇਜ ਵਿੱਚ ਦੇਖੋ ਤੁਸੀਂ ਅਸੀਂ ਲੂਪ ਬਣਾਈ ਲੂਪ ਬਣਾ ਕੇ ਅਸੀਂ ਉਹਨੂੰ ਉੱਪਰੋਂ ਦੀ ਇਸ ਤਰ੍ਹਾਂ ਨਾਲ ਹੀ ਆਪਾਂ ਉਹਨੂੰ ਪੱਕਾ ਕਰ ਦਿੱਤਾ ਤੇ ਜਿਹਦੇ ਨਾਲ ਆਪਣੀ ਜਿਹੜੀ ਹੈ ਆ ਦੇਖੋ ਇਸ ਤਰ੍ਹਾਂ ਦੀ ਜਿਹੜੀ ਲੁੱਕ ਹੈ ਉਹ ਲੇਜ਼ੀ ਡੇਜ਼ੀ ਸਟਿਚ ਦੀ ਆ ਜਾਂਦੀ ਹੈ ਫੁੱਲ ਪੱਤੀਆਂ ਜਿਹੜੇ ਹੈ ਉਹ ਇਹਦੇ ਨਾਲ ਬਣਾਏ ਜਾ ਸਕਦੇ ਬਹੁਤ ਸੌਖੇ ਤਰੀਕੇ ਨਾਲ ਔਰ ਬਹੁਤ ਹੀ ਆਸਾਨ ਤਰੀਕੇ ਨਾਲ ਇਟ ਇਜ਼ ਦਾ ਈਜ਼ੀਐਸਟ ਐਂਡ ਮੋਸਟ ਵਰਸਟਾਈਲ ਸਟਿਚਿਸ ਆਊਟ ਦੇਅਰ ਇਟ ਇਜ਼ ਦਾ ਬੇਸਿਕ ਜਸਟ ਐਜ ਯੂ ਸੀ ਇਨ ਦਾ ਪਿਕਚਰ ਯੂ ਕੈਨ ਟੇਕ ਯੂਜ਼ ਲੇਜ਼ੀ ਡੇਜ਼ੀ ਟੂ ਵਰਕ ਬੋਥ ਲੀਵਸ ਐਂਡ ਦਾ ਪੈਟਲ ਆਫ ਅ ਫਲਾਵਰ ਪੈਟਲਸ ਕੀ ਹੁੰਦੀਆਂ ਫਲਾਵਰ ਦੀਆਂ ਫੁੱਲ ਦੀਆਂ ਪੱਤੀਆਂ ਐਂਡ ਐਡ ਸਟੈਮ ਸਟਿਚ ਔਰ ਐਨੀ ਅਦਰ ਲਾਈਨ ਸਟਿਚ ਫੋਰ ਦਾ ਸਟੈਮ ਤਾਂ ਜਿਹੜੀ ਉਹਦੀ ਅਗਰ ਅਸੀਂ ਫੁੱਲ ਦੀ ਡੰਡੀ ਬਣਾਉਣੀ ਹੈ ਤਾਂ ਉਹ ਅਸੀਂ ਸਟੈਮ ਸਟਿਚ ਨਾਲ ਜਾਂ ਚੇਨ ਸਟਿਚ ਨਾਲ ਬਣਾ ਕੇ ਤੇ ਫੁੱਲ ਨੂੰ ਅਸੀਂ ਇਸ ਤਰ੍ਹਾਂ ਲੇਜ਼ੀ ਡੇਜ਼ੀ ਸਟਿਚ ਨਾਲ ਬਣਾ ਸਕਦੇ ਹਾਂ ਨੈਕਸਟ ਜਿਹੜਾ ਸਾਡਾ ਬੇਸਿਕ ਸਟਿਚ ਆਉਂਦਾ ਹੈ ਉਹ ਹੈ ਹੈਰਿੰਗ ਬੋਨ ਸਟਿਚ ਹੈਰਿੰਗ ਬੋਨ ਸਟਿਚ ਜਿਹਨੂੰ ਕਿ ਕੈਚ ਸਟਿਚ ਵੀ ਕਿਹਾ ਜਾਂਦਾ ਹੈ ਇਸ ਸਟਿਚ ਦੇ ਕਈ ਨਾਮ ਹੈ ਔਰ ਇਹ ਇਸ ਸਟਿਚ ਦਾ ਕੁਐਸਚਨ ਬਣ ਕੇ ਵੀ ਆ ਜਾਂਦਾ ਹੈ ਕਿ ਮੱਛੀ ਟਾਂਕਾ ਕਿਸ ਨੂੰ ਕਿਹਾ ਜਾਂਦਾ ਹੈ ਆਪਸ਼ਨ ਦੇ ਦਿੱਤੀਆਂ ਜਾਂਦੀਆਂ ਕਿ ਕਿਹੜੀਆਂ ਕਿਹੜੀਆਂ ਤਾਂ ਹੈਰਿੰਗ ਬੋਨ ਸਟਿਚ ਹੀ ਹੈ ਇਹਨੂੰ ਕੈਚ ਸਟਿਚ ਵੀ ਕਿਹਾ ਜਾਂਦਾ ਹੈ ਹੈਰਿੰਗ ਬੋਨ ਵੀ ਕਿਹਾ ਜਾਂਦਾ ਹੈ ਔਰ ਪੰਜਾਬੀ ਦੇ ਵਿੱਚ ਇਹਨੂੰ ਮੱਛੀ ਟਾਂਕਾ ਵੀ ਕਿਹਾ ਜਾਂਦਾ ਹੈ ਠੀਕ ਹੈ ਇਹ ਬਹੁਤ ਪੁਰਾਣਾ ਟਾਂਕਾ ਹੈ ਇਸ ਟਾਂਕੇ ਦਾ ਇਸਤੇਮਾਲ ਪਹਿਲਾਂ ਰਜਾਈਆਂ ਦੇ ਵਿੱਚ ਹੁੰਦਾ ਸੀ ਇਹਨੂੰ ਹੈਰਿੰਗ ਬੋਨ ਸਟਿਚ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਹੈ ਤੇ ਪੰਜਾਬੀ ਦੇ ਵਿੱਚ ਮੱਛੀ ਟਾਂਕਾ ਕਿਹਾ ਜਾਂਦਾ ਹੈ ਇਹ ਇੱਕ ਸਜਾਵਟੀ ਟਾਂਕਾ ਹੈ ਸੀਮ ਦੇ ਕੱਚੇ ਕਿਨਾਰਿਆਂ ਅਤੇ ਹੈਮ ਦੀ ਫਿਨਿਸ਼ਿੰਗ ਲਈ ਇਹਦਾ ਇਸਤੇਮਾਲ ਕੀਤਾ ਜਾਂਦਾ ਹੈ ਐਕਸ ਦੀ ਸ਼ੇਪ ਦੇ ਵਿੱਚ ਜਿਹੜਾ ਹੈ ਇਹ ਟਾਂਕਾ ਜਿਹੜਾ ਬਣਦਾ ਹੈ ਦਿਸ ਇਜ਼ ਯੂਜ਼ਡ ਫੋਰ ਅ ਫਲੈਟ ਫਿਨਿਸ਼ ਨੈਕਸਟ ਟੂ ਦਾ ਫੈਬਰਿਕ ਸੱਚ ਐਸ ਸੀਮ ਬਾਈਂਡਿੰਗ ਔਨ ਅ ਹੈਮ ਇਹ ਵੀ ਹੈਮ ਤੇ ਬਾਈਂਡਿੰਗ ਲਈ ਯਾਨੀ ਮਜ਼ਬੂਤੀ ਦੇ ਲਈ ਵੀ ਇਸ ਟਾਂਕੇ ਦਾ ਇਸਤੇਮਾਲ ਕੀਤਾ ਜਾਂਦਾ ਹੈ ਹੋਲਡ ਓਪਨ ਹੈਮ ਮੈਚ ਅਵੇ ਫਰੋਮ ਯੂ ਵਰਕ ਫਰੋਮ ਲੈਫਟ ਟੂ ਰਾਈਟ ਟੇਕ ਅ ਸਟਿਚ ਇਨ ਦਾ ਹੈਮ ਅਸੀਂ ਕੀ ਕਰਨਾ ਵੈ ਅਸੀਂ ਹੈਮ ਦੇ ਉੱਤੇ ਘੇਰੇ ਦੇ ਉੱਤੇ ਜਦੋਂ
एक स्टिच लेना है, एक स्टिच असी उपरों दी लेना है, ठीक है, और बिल्कुल ओदे नीचो जड़ा है असी एक स्टिच नीचो दी लेना है, छोटा जिहा स्टिच लेना है। ਤਾਂ ਇੱਦਾਂ ਇੱਕ ਡਾਇਗਨਲ ਲਾਈਨ ਬਣਦੀਆਂ ਜਾਣੀਆਂ ਜਿਹੜੀਆਂ ਕਿ ਇੱਕ ਦੂਜੇ ਨੂੰ ਕੱਟਦੀਆਂ ਹੋਣੀਆਂ। ਤਾਂ ਇਸ ਤਰ੍ਹਾਂ ਕਰਕੇ ਇਹ ਦੇਖੋ ਅਸੀਂ ਇੱਕ ਸਟਿਚ ਉੱਪਰੋਂ ਔਰ ਇੱਕ ਸਟਿਚ ਨੀਚੇ ਤੋਂ ਲੈਂਦੇ ਹੋਏ ਸਾਡੀ ਇਹ ਜਿਹੜੀ ਕ੍ਰੋਸ ਦੀ ਲੁੱਕ ਬਣ ਜਾਂਦੀ ਹੈ। ਤਾਂ ਇਹ ਹੈਰਿੰਗ ਬੋਨ ਸਟਿਚ ਹੈ ਸਾਡੀ, ਠੀਕ ਹੈ। ਇਹਦਾ ਬੇਟਾ ਇੱਕ ਨਾਮ ਹੋਰ ਵੀ ਹੈ, ਇਹਨੂੰ ਕਲਾ ਲਾਈਨ ਟਾਂਕਾ ਵੀ ਕਿਹਾ ਜਾਂਦਾ ਹੈ। ਔਰ ਹੈਰਿੰਗ ਬੋਨ ਸਟਿਚ ਦੇ ਵਿੱਚ ਦਾ ਵੀ ਇੱਕ ਇਨੋਵੇਟਿਵ ਰੂਪ ਵੋਵਨ ਹੈਰਿੰਗ ਬੋਨ ਵੀ ਹੁੰਦੀ ਹੈ, ਜਦੋਂ ਅਸੀਂ ਪਹਿਲਾਂ ਪਾਏ ਹੋਏ ਮੱਛੀ ਟਾਂਕੇ ਦੇ ਵਿੱਚ ਹੀ ਦੂਜੇ ਰੰਗ ਦੇ ਧਾਗੇ ਦੇ ਨਾਲ ਫਿਰ ਚਲਾ ਦਿੰਦੇ ਹਾਂ, ਤਾਂ ਉਹ ਸਾਡਾ ਕਿਹੜਾ ਟਾਂਕਾ ਬਣ ਜਾਂਦਾ ਹੈ? ਵੋਵਨ ਹੈਰਿੰਗ ਬੋਨ, ਠੀਕ ਹੈ। ਉਹ ਟਾਂਕਾ ਵੀ ਪਾਇਆ ਹੋਇਆ ਬਹੁਤ ਹੀ ਸੋਹਣਾ ਲੱਗਦਾ ਹੈ। ਹਾਂਜੀ, ਜਿਹੜਾ ਹੁਣ ਸਾਡਾ ਅਗਲਾ ਸਟਿਚ ਹੈਗਾ ਉਹ ਹੈ ਫ੍ਰੈਂਚ ਨੋਟ ਸਟਿਚ। ਫ੍ਰੈਂਚ ਨੋਟ ਸਟਿਚ ਕੀ ਹੈ? ਇਹ ਵੀ ਇੱਕ ਸਾਡਾ ਈਜ਼ੀ ਟਾਂਕਾ ਹੈ। ਫ੍ਰੈਂਚ ਨੋਟ ਇਜ਼ ਵਨ ਆਫ ਦਾ ਈਜ਼ੀਐਸਟ ਆਫ ਆਲ ਨੋਟਸ, ਜਿੰਨੇ ਵੀ ਨੋਟ ਵਾਲੇ ਟਾਂਕੇ ਹੈ ਉਹਨਾਂ ਦੇ ਵਿੱਚੋਂ ਆਪਾਂ ਕਹਿ ਲਈਏ ਜਿਹੜਾ ਸਭ ਤੋਂ ਈਜ਼ੀ ਹੈ ਉਹ ਸਾਡਾ ਫ੍ਰੈਂਚ ਨੋਟ ਸਟਿਚ ਹੈ। ਦਿਸ ਸਟਿਚ ਕੈਨ ਬੀ ਯੂਜ਼ਡ ਟੂ ਡੂ ਲਿਟਲ ਫਲਾਵਰਸ ਔਰ ਐਸ ਅ ਫਿਲਿੰਗ ਸਟਿਚ ਟੂ ਫਿਲ ਇਨ ਸਮਾਲ ਸਰਕਲ ਐਂਡ ਸੈਂਟਰ ਆਫ ਦਾ ਫਲਾਵਰਸ। ਮੈਨੀ ਕਲੋਜ਼ਲੀ ਡਨ ਫ੍ਰੈਂਚ ਨੋਟ ਕੈਨ ਗਿਵ ਅ ਵੂਲੀ ਅਪੀਅਰੈਂਸ ਐਂਡ ਕੈਨ ਬੀ ਯੂਜ਼ਡ ਕ੍ਰੀਏਟਿਵਲੀ। ਇਹ ਜਿਹੜਾ ਧਾਗਾ, ਇਹ ਜਿਹੜਾ ਸਟਿਚ ਹੈਗਾ ਹੈ, ਇਹ ਛੋਟੇ ਛੋਟੇ ਫੁੱਲਾਂ ਨੂੰ ਬਣਾਉਣ ਲਈ ਜਾਂ ਫਿਲਿੰਗ ਕਰਨ ਲਈ, ਛੋਟੇ ਛੋਟੇ ਸਰਕਲਸ ਦੀ ਫਿਲਿੰਗ ਕਰਨ ਲਈ ਜਾਂ ਫਲਾਵਰ ਦੀ ਸੈਂਟਰ ਦੇ ਵਿੱਚ ਅਸੀਂ ਇੱਕ ਫ੍ਰੈਂਚ ਨੋਟ ਬਣਾਉਣ ਦੇ ਲਈ ਜਿਹੜਾ ਇਸ ਸਟਿਚ ਦਾ ਇਸਤੇਮਾਲ ਕੀਤਾ ਜਾਂਦਾ ਹੈ। ਤੇ ਜੇ ਅਸੀਂ ਬਿਲਕੁਲ ਕੋਲ ਕੋਲ ਫ੍ਰੈਂਚ ਨੋਟ ਦੀਆਂ ਸਟਿਚਿਸ ਬਣਾ ਦਿੰਦੇ ਹਾਂ ਨਾ, ਤਾਂ ਇਹ ਇੱਕ ਕਿੱਦਾਂ ਦੀ ਵੁਲੀ ਅਪੀਅਰੈਂਸ, ਉੱਨ ਵਾਲੀ ਜਿਹੜੀ ਅਪੀਅਰੈਂਸ ਹੈ ਨਾ, ਕਿ ਜਿੱਦਾਂ ਉੱਨ ਦੇ ਨਾਲ ਕੁਛ ਕੀਤਾ ਹੁੰਦਾ ਹੈ, ਏਦਾਂ ਦੀ ਅਪੀਅਰੈਂਸ, ਏਦਾਂ ਦੀ ਇੱਕ ਲੁੱਕ ਜਿਹੜੀ ਹੈ ਉਹ ਸਾਡੇ ਦੇ ਦਿੰਦੀ ਹੈ। ਇਸ ਟਾਂਕੇ ਨੂੰ ਗੱਠ ਦੀ ਸ਼ੇਪ ਦੇ ਵਿੱਚ ਬਣਦਾ ਹੈ, ਇਸ ਕਰਕੇ ਇਸ ਟਾਂਕੇ ਨੂੰ ਜਿੱਦਾਂ ਗੱਠ ਨਹੀਂ ਹੁੰਦੀ, ਗੱਠ ਮਾਰੀ ਦੀ ਆਪਾਂ, ਇਸ ਤਰ੍ਹਾਂ ਦਾ ਬਣਦਾ, ਇਸੇ ਕਰਕੇ ਇਸ ਟਾਂਕੇ ਨੂੰ ਗੱਠ ਟਾਂਕਾ ਵੀ ਕਿਹਾ ਜਾਂਦਾ ਹੈ। ਇਸ ਟਾਂਕੇ ਵਿੱਚ ਕੱਪੜੇ ਦੇ ਵਿੱਚੋਂ ਕੀ ਹੁੰਦਾ, ਸੂਈ ਨੂੰ ਕੱਢ ਕੇ, ਇਹ ਦੇਖੋ ਜਿੱਦਾਂ ਫਸਟ ਵਿੱਚ ਹੈ, ਉਹਦੇ ਉੱਪਰ 3-4 ਵਾਰ ਧਾਗੇ ਨੂੰ ਸੂਈ ਦੇ ਉੱਤੇ ਲਪੇਟ ਕੇ ਫਿਰ ਸੂਈ ਨੂੰ ਖਿੱਚ ਦਿੱਤਾ ਜਾਂਦਾ ਹੈ ਅਤੇ ਉਸ ਗੱਠ ਨੂੰ ਪੱਕਾ ਕਰ ਦਿੱਤਾ ਜਾਂਦਾ ਹੈ, ਠੀਕ ਹੈ। ਧਾਗੇ ਨੂੰ ਜ਼ਿਆਦਾ ਲਪੇਟ ਕੇ ਅਸੀਂ ਨੋਟ ਨੂੰ ਵੱਡਾ ਵੀ ਬਣਾ ਸਕਦੇ ਹਾਂ। ਨੋਟ ਸਟਿਚ ਦਾ ਇਨੋਵੇਟਿਵ ਰੂਪ ਬੁਲੀਅਨ ਨੋਟ ਹੈ, ਜਿਹਦੇ ਵਿੱਚ ਕਿ ਅਸੀਂ ਧਾਗਾ ਸੂਈ ਤੇ ਹੀ ਲਪੇਟਣਾ ਹੈ, ਪਰ ਇੱਕ ਕੁਛ ਕੁ ਸਟੈਪ ਤੇ ਅਸੀਂ ਉਸ ਟਾਂਕੇ ਨੂੰ ਜਿਹੜਾ ਉਹ ਪੱਕਾ ਕਰ ਦੇਣਾ ਹੈ, ਠੀਕ ਹੈ। ਗੁਲਾਬ ਦੀ ਕਟਾਈ ਲਈ ਵੀ ਇਹਦਾ ਇਸਤੇਮਾਲ, ਗੁਲਾਬ ਦਾ ਫੁੱਲ ਜਦੋਂ ਆਪਾਂ ਬਣਾਉਣਾ ਹੋਏ ਤਾਂ ਆਪਾਂ ਉਹਦੇ ਲਈ ਵੀ ਇਸ ਟਾਂਕੇ ਦਾ ਇਸਤੇਮਾਲ ਜਿਹੜਾ ਹੈ ਉਹ ਕੀਤਾ ਜਾਂਦਾ ਹੈ। ਹਾਂਜੀ, ਨੈਕਸਟ ਜਿਹੜਾ ਸਾਡਾ ਸਟਿਚ ਆਉਂਦਾ ਹੈਗਾ ਉਹ ਹੈ ਸਟੈਮ ਸਟਿਚ। ਸਟੈਮ ਸਟਿਚ ਜਿਹਨੂੰ ਕੀ ਕਿਹਾ ਜਾਂਦਾ ਹੈ? ਡੰਡੀ ਟਾਂਕਾ। ਇਹ ਟਾਂਕਾ ਮੂਲ ਰੂਪ ਵਿੱਚ ਇੱਕ ਆਊਟਲਾਈਨਿੰਗ ਟਾਂਕਾ ਹੈ, ਯਾਨੀ ਕਿ ਅਸੀਂ ਅੰਦਰ ਉਹਦੇ ਹੈ, ਚਾਹੇ ਜਿੱਦਾਂ ਹੁਣ ਆਹ ਪੱਤੀ ਬਣੀ ਹੋਈ ਹੈ ਤਾਂ ਪੱਤੀ ਦੇ ਅੰਦਰ ਜਿਹੜਾ ਅਸੀਂ ਸਾਟਨ ਸਟਿਚ ਕਰ ਦਈਏ ਕਿਸੇ ਟਾਂਕੇ ਨਾਲ, ਆਪਾਂ ਅੰਦਰੋਂ ਭਰ ਦਿੰਦੇ ਹਾਂ, ਤਾਂ ਜਿਹੜੀ ਉਹਦੀ ਆਊਟਲਾਈਨਿੰਗ ਹੈ ਉਹ ਅਸੀਂ ਕੀ ਕਰ ਦਈ ਦੀ ਹੈ? ਸਟੈਮ ਸਟਿਚ ਦੇ ਨਾਲ ਕਰ ਲਈ ਦੀ ਹੈ। ਤਾਂ ਇਹਨੂੰ ਜ਼ਿਆਦਾਤਰ ਕੀ ਕਿਹਾ ਜਾਂਦਾ ਹੈ? ਇੱਕ ਆਊਟਲਾਈਨਿੰਗ ਟਾਂਕਾ ਕਿਹਾ ਜਾਂਦਾ ਹੈ। ਇਹਦਾ ਇਸਤੇਮਾਲ ਜ਼ਿਆਦਾਤਰ ਫੁੱਲਾਂ ਵਾਲੇ ਡਿਜ਼ਾਈਨਾਂ ਵਿੱਚ ਡੰਡੀਆਂ ਬਣਾਉਣ ਲਈ ਵੀ ਇਹਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿੱਦਾਂ ਕਿ ਇਹਦੇ ਨਾਮ 'ਚ ਹੀ ਹੈ ਕਿ ਡੰਡੀ ਟਾਂਕਾ। ਤਾਂ ਫੁੱਲਾਂ ਵਾਲੇ ਡਿਜ਼ਾਈਨ ਦੇ ਵਿੱਚ ਜਦੋਂ ਅਸੀਂ ਡੰਡੀਆਂ ਬਣਾਉਣੀਆਂ ਹੁੰਦੀਆਂ ਉਹਦੇ ਲਈ ਵੀ ਅਸੀਂ ਇਹਦਾ ਇਸਤੇਮਾਲ ਕਰਦੇ ਹਾਂ, ਔਰ ਆਊਟਲਾਈਨਿੰਗ ਲਈ ਵੀ ਅਸੀਂ ਇਸ ਦਾ ਇਸਤੇਮਾਲ ਜਿਹੜਾ ਹੈ ਉਹ ਕਰਦੇ ਹਾਂ, ਠੀਕ ਹੈ। ਕਈ ਮਤਲਬ ਆਪਾਂ ਲਾਈਨਾਂ ਬਣਾ ਕੇ ਛੋਟੇ ਛੋਟੇ ਡਿਜ਼ਾਈਨ ਭਰਨ ਲਈ ਵੀ ਸਟੈਮ ਸਟਿਚ ਕਰ ਲਈਦਾ ਹੈ। ਕੱਚੇ ਟਾਂਕੇ ਦੀ ਤਰ੍ਹਾਂ ਹੀ ਇਹਦੇ 'ਚ ਵੀ ਪਹਿਲਾਂ ਸਟਿਚ ਲਾਈਨ ਬਣਾ ਕੇ ਦੂਜਾ ਟਾਂਕਾ ਉਹਦੇ ਸੈਂਟਰ ਦੇ ਵਿੱਚੋਂ ਅਸੀਂ ਲੈਣਾ ਹੈ। ਇਸੇ ਤਰ੍ਹਾਂ ਹੀ ਅਸੀਂ ਪੂਰੀ ਏਦਾਂ ਇੱਕ ਲਾਈਨ ਜਿਹੜੀ ਡਰਾ ਕੀਤੀ ਹੋਈ ਹੈ ਉਹਦੇ ਵਿੱਚ ਅਸੀਂ ਟਾਂਕੇ ਲਈ ਜਾਂਦੇ ਹਾਂ, ਪਹਿਲੇ ਕੱਚੇ ਟਾਂਕੇ ਦੀ ਤਰ੍ਹਾਂ ਲੈ ਕੇ ਦੂਜਾ ਸਟਿਚ ਪਹਿਲੇ ਸਟਿਚ ਦੇ ਸੈਂਟਰ ਚੋਂ ਲੈ ਕੇ ਆਪਾਂ ਉਹ ਬਣਾ ਲੈਣਾ ਹੈ। ਤਾਂ ਇਸ ਇਹ ਜਿਹੜਾ ਡੰਡੀ ਦੀ ਲੁੱਕ ਜਿਹੜੀ ਹੈ ਉਹ ਇਹਦੀ ਆ ਜਾਂਦੀ ਹੈ, ਡੰਡੀ ਦੀ ਤਰ੍ਹਾਂ ਇਹ ਨਜ਼ਰ ਆਉਂਦਾ ਹੈ। ਤਾਂ ਸਟੈਮ ਸਟਿਚ ਇਜ਼ ਅ ਡਿਟੇਲ ਸਟਿਚ ਦੈਟ ਕੈਨ ਬੀ ਯੂਜ਼ ਟੂ ਆਊਟਲਾਈਨ ਆਈਟਮ ਔਰ ਫਿਲ ਇਨ ਦਾ ਏਰੀਆ। ਇਟ ਇਜ਼ ਦਾ ਰਿਵਰਸ ਸਾਈਡ ਆਫ ਬੈਕ ਸਟਿਚ, ਜਿੱਦਾਂ ਬੈਕ ਸਾਈਡ ਦੀ ਜਿਹੜੀ ਰਿਵਰਸ ਸਾਈਡ ਹੈ ਨਾ ਉਹਦੀ ਜਿਹੜੀ ਲੁੱਕ ਹੁੰਦੀ ਹੈ ਉਵੇਂ ਦੀ ਲੁੱਕ ਇਹਦੀ ਹੁੰਦੀ ਹੈ ਜਿਵੇਂ ਤੁਸੀਂ ਸੈਕਿੰਡ ਇਮੇਜ ਦੇ ਵਿੱਚ ਦੇਖੋ। ਹਾਂਜੀ, ਜਿਹੜੀ ਸਾਡੀ ਹੁਣ ਅਗਲੀ ਬੇਸਿਕ ਸਟਿਚ ਆਉਂਦੀ ਹੈਗੀ ਹੈ ਉਹ ਹੈਗੀ ਹੈ ਕ੍ਰੋਸ ਸਟਿਚ।
क्रॉसस्टिच जिन्हों की दसूती टांका भी किया जाता है। दसूती टांका ये हरेक तरह के कपड़िया ते बनाया जा सकता है। ये नहीं तुसी जरूरी भी असी कहिए कि इसे ते स्टफ दे उत्ते जेड़ा ये वाले फैब्रिक दे उत्ते ही ये बनाया जा सकता है। क्रॉस स्टिच जेड़ा ये हरेक तरह के कपड़िया ते असी बना सकते हैं। इनू काउंटेड थ्रेड एम्ब्रॉयडरी वर्क भी किया जाता है। काउंटेड थ्रेड एम्ब्रॉयडरी वर्क, काउंटेड थ्रेड क्यों हो गया, क्योंकि ये कढ़ाई जड़ी है वो सूती केसमेंट ज्यादातर अपना केसमेंट ते करी दी है। जे अपना सीनरीज वगैरह बनानिया होन क्रॉस स्टिच दियां ता असी ओदे ते इनू करी दे ता एदियां जिहड़ियां तारां है उन्हां नू गिनिया जा सकदा। कपड़े दियां तारां गिन के अपना अपनी मर्जी नाल अपना जिहड़ा डिजाइन है वह तैयार कर सकते हैं। डिजाइन ड्रॉ किया उत्थों तारा खिंच के वह साडा डिजाइन ओदे उत्ते बन जाता है कि एदे उपर उपर जिहड़ा है वह असी क्रॉस स्टिच करांगे तो जिहड़ी साडा ए वाला मोटिव है वह बन जाएगा। तो असी अपनी मर्जी नाल कई तरह के डिजाइन जिहड़े है वह क्रॉस स्टिच नाल तैयार कर सकते हैं। ये जिहड़ा टांका है ये एक्स की शेप विच इंग्लिश अल्फाबैट एक्स की शेप दे विच बनता है। कढ़ाई करने वेले जिस तरह मतलब आप इमेज देखते हैं ना कि आप एक बार डायगनल डायगनल की होंगी है, डायगनल लाइन की होंगी है टेढ़ी लाइन, एक होंगी है वर्टिकल हॉरीजोंटल ते डायगनल। वर्टिकल सीधी, हॉरीजोंटल चौड़ाई च, डायगनल होगी टेढ़ी। एक बार डायगनल कच्चा करते जाना है, दूजी बारी आप क्रॉस करके पक्का करते जाना है। ठीक है, इस स्टिच दे विच धागा तुसीं रेशमी भी वर्त सकते हो ते उन्नी धागा भी का भी आप इस्तेमाल जो है वह कर सकते हैं। ठीक है, जे आप उन्नी ते करना है तो आप टपेस्ट्री नीडल जी इस्तेमाल जी है वे नक्के वाली सूई ओ इस्तेमाल करांगे। हॉरिजोंटल स्टिचिज टेकन पैरेलल टू ईच अदर हूज फ्लोट क्रॉस इन द सेंटर टू फॉर्म एक्स कैन बी यूज डेकोरेटिवली और कंस्ट्रक्टिवली। कंस्ट्रक्ट करने लई बनाने लई भी और डेकोरेट करने लई भी दोनों तरीकों के नाल असी जिहड़ा ओ क्रॉस स्टिच का इस्तेमाल जिहड़ा है कर सकते हैं, जिदा कि आप देख रहे हैं इस इमेज दे विच। हाँ जी, उस तो अगे है साड़ी फ्लाई स्टिच। फ्लाई स्टिच भी साड़ी की है, ये भी एक डेकोरेटिव स्टिच है जिन्हों की ऑलसो नोन एज वाई स्टिच। वाई इंग्लिश अल्फाबैट वाई, क्योंकि एदी जेड़ी लुक है इस स्टिच की जेड़ी लुक है वह वाई की तरह अल्फाबैट वाई की तरह आ जाती है। हैगा ये भी लूप है लेकिन ये की है ओपन लूप है, ये असी धागा उपरों की नहीं लेना तो यह जरा एक ओपन लूप है। ओपन लूप स्टिच दिस इज अ वेरी ईजी टाइप ऑफ स्टिच टू डू एंड लुक वेरी इंटरस्टिंग। जिदा कि ये नाम तो ही पता लगता है एक वाई फ्लाई स्टिच जरा वाई की तरह लगता हैगा। ये खुला लूप टांका होंगे पत्तियां बनाने लिए असी जो यदा इस्तेमाल करते हैं। देखो फुल बना के असी जनदिया पत्तियां वे ओ असी एदे नाल फ्लाई स्टिच दे नाल बनाने है। ये टांका असी सिंगल सिंगल स्टिच बना के भी उन्नू पक्का करके असी फ्लाई स्टिच भी बना सकते हैं। सिंगल सिंगल कि असी इन्नी लंबी डंडी नहीं बनानी है, आप जिदा किते किते आप एक एक टांका लैके उन्नू पक्का करके भी असी ये फ्लाई स्टिच का इस्तेमाल जिहड़ा है वह एम्ब्रॉयडरी दे विच कर सकते हैगे। ਤਾਂ ਸੋ ਜਿਹੜੇ ਅੱਜ ਅਸੀਂ ਇਹ ਡਿਸਕਸ ਕੀਤੀ ਹੈ ਇਹ ਸਾਰੇ ਅੱਜ ਅਸੀਂ ਇੰਬਰਾਇਡਰੀ ਦੇ ਬੇਸਿਕ ਸਟਿਚ ਬਾਰੇ ਜਾਣਦੇ ਹਾਂ, ਜੋ ਕਿ ਸਾਡੇ ਵੀਕ ਨੰਬਰ 19 ਦਾ ਟੌਪਿਕ ਹੈ। ਸਾਡੀ ਆਪਾਂ ਨੂੰ ਸਭ ਨੂੰ ਪਤਾ ਹੈ, ਕਲਾਸਿਸ ਅਟੈਂਡ ਕਰ ਰਹੇ ਹੈ ਸਾਰੇ ਸਟੂਡੈਂਟਸ, ਕਿ ਸਾਡੀ ਹੁਣ ਰਿਵੀਜ਼ਨ ਚੱਲਦੀ ਪਈ ਹੈ। ਇੱਕ ਵਾਰੀ ਆਪਣੇ ਸਾਰੇ ਟੌਪਿਕ ਜਿਹੜੇ ਹੈ ਉਹ ਹੋ ਚੁੱਕੇ ਹੈ, ਹੁਣ ਅਸੀਂ ਸਾਰੇ ਟੌਪਿਕਸ ਦੀ ਦੁਬਾਰਾ ਤੋਂ ਰਿਵੀਜ਼ਨ ਚੱਲਦੀ ਪਈ ਹੈ। ਇਹ ਵੀਕ ਨੰਬਰ 19 ਦਾ ਟੌਪਿਕ ਬੇਸਿਕ ਸਟਿਚਿਸ ਸੀ ਤੇ ਸਟਿਚਿਸ ਨਾਲ ਰਿਲੇਟਡ ਬੇਟਾ ਮੈਂ ਤੁਹਾਨੂੰ ਦੱਸਦਾ ਕਿ MCQ ਆਪਾਂ ਨੂੰ ਕਈ ਆ ਜਾਂਦੇ ਆ ਐਗਜ਼ਾਮਸ ਦੇ ਵਿੱਚ, ਕਿ ਜਿੱਦਾਂ ਐਲਫਾਬੈਟ ਦੇ ਨਾਮ ਤੋਂ ਵੀ ਆ ਜਾਂਦਾ ਹੈ ਕਿ ਵੀ ਇਹਨੂੰ ਕਿਹੜਾ ਐਲਫਾਬੈਟ ਦੇ ਨਾਲ ਜਾਣਿਆ ਜਾਂਦਾ, ਕਿਹੜੇ ਐਲਫਾਬੈਟ ਦੇ ਨਾਮ ਨਾਲ। ਕਈ ਵਾਰ ਇਮੇਜ ਦਿਖਾ ਕੇ ਫੋਟੋ ਦਿਖਾ ਕੇ ਤੁਹਾਨੂੰ ਇਹ ਪੁੱਛ ਲਿਆ ਜਾਂਦਾ ਹੈ ਕਿ ਇਸ ਸਟਿਚ ਦਾ ਨਾਮ ਦੱਸੋ ਕਿ ਵੀ ਇਸ ਸਟਿਚ ਦਾ ਕੀ ਨਾਮ ਹੈ, ਜਾਂ ਉਹਦਾ ਇੰਗਲਿਸ਼ ਨੇਮ ਪੁੱਛ ਲਿਆ ਜਾਂਦਾ ਹੈਗਾ। ਕਈ ਸਟਿਚ ਤਾਂ ਹੈਗੇ ਆ ਉਹਨਾਂ ਨੂੰ ਅਸੀਂ ਪੰਜਾਬੀ ਦੇ ਵਿੱਚ ਵੀ ਉਹੀ ਕਹਿੰਦੇ ਹਾਂ ਔਰ ਇੰਗਲਿਸ਼ ਦੇ ਵਿੱਚ ਵੀ ਇਹੀ ਕਹਿੰਦੇ ਹਾਂ, ਪਰ ਕੁਝ ਸਟਿਚਿਸ ਹੈ ਜਿਨ੍ਹਾਂ ਤੱਕ ਕਿ ਪੰਜਾਬੀ ਦੇ ਵਿੱਚ ਆਪਾਂ ਅਲੱਗ ਕਹਿੰਦੇ ਹਾਂ। ਜਿੱਦਾਂ ਕਿ ਹੁਣੇ ਤੁਹਾਨੂੰ ਦੱਸਿਆ ਸੀ ਹੈਰਿੰਗ ਬੋਨ ਸਟਿਚ ਦੇ ਵਿੱਚ ਕਿ ਉਹਨੂੰ ਆਪਾਂ ਪੰਜਾਬੀ ਦੇ ਵਿੱਚ ਆਪਾਂ ਉਹਨੂੰ ਮੱਛੀ ਟਾਂਕਾ ਵੀ ਕਹਿੰਦੇ ਹਾਂ। ਠੀਕ ਹੈ, ਤਾਂ ਤੁਹਾਨੂੰ ਉਹਨਾਂ ਦਾ ਨਾਮ, ਉਹਨਾਂ ਦੀ ਲੁੱਕ, ਉਹਨਾਂ ਦਾ ਤਰੀਕਾ
थ्योरी ਦੇ ਵਿੱਚ ਤਾਂ ਤੁਹਾਨੂੰ ਉਹਨਾਂ ਦੀ ਨਾਮ ਔਰ ਲੁੱਕ ਤੁਹਾਨੂੰ ਪ੍ਰੋਪਰਲੀ ਉਹਨਾਂ ਦਾ ਪਤਾ ਹੋਣਾ ਚਾਹੀਦਾ ਤਾਂ ਹੀ ਤੁਸੀਂ ਉਹ ਐਮਸੀਕਿਊਜ਼ ਦੇ ਆਨਸਰ ਜਿਹੜੇ ਹੈ ਉਹ ਦੇ ਸਕਦੇ ਹੋ। ਠੀਕ ਹੈ, ਹਾਂਜੀ, ਇਹਦੇ ਨਾਲ ਮੇਰਾ ਜਿਹੜਾ ਅੱਜ ਦਾ ਇਹ ਟੌਪਿਕ ਹੈ ਉਹ ਖਤਮ ਹੁੰਦਾ ਹੈ, ਇਹ ਵਾਲਾ ਐਮਬ੍ਰਾਇਡਰੀ ਸਟਿਚਿਸ। ਜੇ ਤੁਹਾਡੇ ਚੋਂ ਕਿਸੇ ਦੀ ਵੀ ਕੋਈ ਕੁਐਰੀ ਹੈ, ਐਨੀ ਕੁਐਸਚਨਸ ਰਿਗਾਰਡਿੰਗ हेलो मैम। हेलो, हाँ जी, हाँ जी बेटा, सत श्री अकाल मैम। सत श्री अकाल जी। मैम तुहाडा लेक्चर बहुत वधिया सीगा जी। थैंक यू बेटा, तुहानू समझ लग गया। हाँ जी मैम, थैंक यू बेटा, थैंक यू। हाँ जी मैम, बहुत ही इजी वे ना सर जी। थैंक यू, थैंक यू। हेलो, हेलो, वेलकम मैम। सत श्री अकाल मैम। सत श्री अकाल जी। हेलो मैम, बहुत बहुत स्वागत है तुम्हारा। तुसी हेलो। हेलो, हां जी, हां जी सर, बहुत बढ़िया लेक्चर थी मैम जी तुम्हारा। थैंक यू सर, थैंक यू जी। हेलो मैम। हां जी, सुखमनजीत कौर फतेहगढ़ चूड़िया मूवमेंट आईटीआई कदा बोल वधिया लेक्चर सी, मेनू बहुत समझ लगी है। थैंक यू मैम। थैंक यू बेटा, थैंक यू जी, थैंक यू। ओके मैम। ओके जी, थैंक यू। हेलो मैम, बहुत बढ़िया सी लेक्चर तुम्हारा जी। थैंक यू बलबीर मैम, थैंक यू जी बहुत बहुत। थैंक्स मैम। ओके, हेलो। हेलो प्रिया मैम। हेलो, हां जी मैम। हां जी प्रिया मैडम, थोड़ा लेक्चर बहुत वधिया सी और बच्चों ने बहुत वधिया तरीके नाल एदे नाल एदे नाल। थैंक यू मैम, थैंक यू जी, लेक्चर बहुत वधिया सी सारे ने करी जाना होना। हेलो मैम। हेलो, दलजीत बोल रही है मैम। हेलो, हां जी दलजीत मैम, सत श्री अकाल जी। सत श्री अकाल, ਤੁਹਾਡਾ ਲੈਕਚਰ ਵਧੀਆ ਸੀ ਬਹੁਤ। ਥੈਂਕ ਯੂ ਮੈਮ, ਤੁਹਾਡਾ ਫਸਟ ਟਾਈਮ ਮੈਂ ਅਟੈਂਡ ਕੀਤਾ ਹੈ। ਟਾਈਮ ਹੋਣ ਨੂੰ ਪ੍ਰਿਆ ਮੈਮ, ਵਧੀਆ ਲੱਗਾ। ਹਾਂ ਜੀ, ਹਾਂ ਜੀ, ਅੱਜ ਤੁਹਾਡਾ ਵੀ ਮੈਮ ਲੈਕਚਰ ਹੈ ਗਏ। ਬਿਲਕੁਲ ਮੇਰਾ ਪਾਸਨਾ ਮੈਮ। हेलो मैम, ਤੁਹਾਡਾ ਲੈਕਚਰ ਬਹੁਤ ਵਧੀਆ ਸੀ। ਉਹ ਚ ਬੜੀ ਬਰੀਕੀ ਨਾਲ ਬੜੀ ਚੀਜ਼ਾਂ ਤੁਸੀਂ ਉਹ ਚ ਦਿੱਤੀਆਂ ਸੀ, ਡਿਸਪਲੇ ਕੀਤੀਆਂ ਹੋਈਆਂ ਸੀ। ਮਾਈਂਡ ਬਲੋਇੰਗ ਲੈਕਚਰ ਸੀ ਮੈਮ, ਮਾਈਂਡ ਬਲੋਇੰਗ। ਥੈਂਕ ਯੂ ਮੈਮ। ਮੈਮ ਤੁਹਾਡੀ ਉਹ ਹੈ ਬਸ ਬਹੁਤ ਉਹ ਤੁਹਾਡਾ ਵੀ ਮੈਂ ਹੁਣੇ ਲੈਕਚਰ ਅਟੈਂਡ ਕੀਤਾ, ਬਹੁਤ ਵਧੀਆ ਸੀ ਮੈਮ, ਬਹੁਤ ਵਧੀਆ ਲੱਗਿਆ। ਪਰ ਫਿਲਹਾਲ ਤੁਹਾਡਾ ਲੈਕਚਰ ਬੜਾ ਹੀ ਪਿਆਰਾ ਸੀ ਔਰ ਬੜਾ ਹੀ ਵਧੀਆ, ਬਹੁਤ ਮਿਹਨਤ ਕੀਤੀ ਹੋਈ ਦਿਖ ਰਹੀ ਸੀਗੀ। ਬਹੁਤ ਬਹੁਤ ਇਨੀਸ਼ੀਏਟਿਵ ਤੁਸੀਂ ਬੱਚਿਆਂ ਲਈ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ। Thanks Upasna ma'am, thank you. Sat Shri Akal ma'am, Parveen bol rahi hain ji. Sat Shri Akal Parveen ma'am. Aaj sare instructors soch ke aaye hain ki puri hath karani hai na. Wah wadiya si Upasna ma'am. Upasna ma'am da vi bahut achha lagya si, tuhanu attend kita, tuhanu vi hun main karaya nahi hoya, main keh kahe jaawan sare hath karai jante aaj. Thank you ma'am, thank you ji, tuhanu bahut bahut wadiya hunda hai lecture. जी थैंक यू मैम, थैंक यू प्रवीण मैम। ओके मैम, ओके जी, ओके जी। हेलो। हेलो, सत श्री अकाल मैम। सत श्री अकाल सर, बहुत बढ़िया मैम थोड़ा लेक्चर दिया, जो बहुत सानू सीखने मिला मैम। थैंक यू। तुसी इंस्ट्रक्टर हो कि स्टूडेंट हो? स्टूडेंट है जी, बर्नार्डो जी। थैंक यू जी, थैंक यू जी, ਤੁਹਾਨੂੰ ਵਧੀਆ ਲੱਗਿਆ ਤਾਂ ਥੈਂਕਸ ਅ ਲੋਟ। ਬਹੁਤ ਵਧੀਆ ਲੱਗਿਆ ਮੈਮ ਸੁਣ ਕੇ, ਸਾਨੂੰ ਬਹੁਤ ਬਹੁਤ ਸਿੱਖਣ ਨੂੰ ਮਿਲਿਆ। ਥੈਂਕ ਯੂ ਬੇਟਾ।
थैंक यू बहुत बहुत वेलकम मैम ठीक है मैम सेशन हां जी मैम मैम मैं एक मिनट आ हां जी मैं एंड करे लगे एंड तो पहले ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹਾਂਗੀ ਕਿ ਜਿਹੜਾ ਹੁਣ ਸਾਡਾ ਮਿਸ਼ਨ ਫਤਿਹ ਚੱਲ ਰਿਹਾ ਹੈ ਕੋਰੋਨਾ ਵਾਇਰਸ ਨੂੰ ਲੈ ਕੇ ਇਹਦੇ ਚ ਤੁਸੀਂ ਸਾਰੇ ਜਣੇ ਜਿਹੜਾ ਮਾਸਕ ਬਣਾ ਕੇ ਤਾਂ ਆਪਣੀਆਂ ਸਾਰੀਆਂ ਹੀ ਆਈਟੀਆਈਆਂ ਬਹੁਤ ਜ਼ਿਆਦਾ ਸਹਿਯੋਗ ਦੇ ਰਹੀਆਂ ਸਭ ਆਈਟੀਆਈ ਦੇ ਵੱਲੋਂ ਮਾਸਕ ਬਣਾਏ ਜਾਂਦੇ ਹੈ ਉਹਦੇ ਨਾਲ ਨਾਲ ਬੇਟਾ ਜਿਹੜਾ ਅਸੀਂ ਆਪਣਾ ਵੀ ਧਿਆਨ ਰੱਖਣਾ ਹੈਗਾ ਹੈ ਕਿ ਕਿਸ ਤਰ੍ਹਾਂ ਇਹ ਵਾਇਰਸ ਜਿਹੜਾ ਉਹ ਫੈਲਦਾ ਹੈ ਕਿ ਅਸੀਂ ਕਿਸੇ ਚੀਜ਼ ਨੂੰ ਟੱਚ ਕਰ ਲੈਂਦੇ ਹਾਂ ਕਿ ਉਹਨੂੰ ਇਨਫੈਕਟਿਡ ਪਰਸਨ ਨੇ ਟੱਚ ਕੀਤਾ ਹੋਏ ਤਾਂ ਉਹਦੇ ਨਾਲ ਇਹ ਵਾਇਰਸ ਜਾਂ ਕਿਸੇ ਦੇ ਜਰਮਸ ਕੈਰੀ ਕਰ ਲੈਂਦੇ ਹਾਂ ਕਿ ਕੋਈ ਸਪਿਟ ਕਰ ਦਿੰਦਾ ਜਗ੍ਹਾ ਤੇ ਤਾਂ ਉਹ ਵੀ ਜਿਹੜੇ ਜਰਮਸ ਹੈ ਉਹ ਹੈਲਦੀ ਪਰਸਨ ਨੂੰ ਇਫੈਕਟ ਕਰ ਜਾਂਦੇ ਹੈ ਤਾਂ ਇਹਦੇ ਜੇ ਤੁਹਾਨੂੰ ਕੋਈ ਵੀ ਇਹਦੇ ਸਿਮਟਮ ਨਜ਼ਰ ਆਉਂਦਾ ਹੈ ਕੋਈ ਬੁਖਾਰ ਜਾਂ ਖਾਂਸੀ ਜਾਂ ਸਾਹ ਲੈਣ ਚ ਪ੍ਰੋਬਲਮ ਜਾਂ ਥਕਾਵਟ ਤਾਂ ਤੁਸੀਂ ਜਿਹੜਾ ਡਾਕਟਰ ਨੂੰ ਜਲਦੀ ਤੋਂ ਜਲਦੀ ਤੁਸੀਂ ਆਪਣਾ ਕੰਟੈਕਟ ਕਰਨਾ ਹੈ ਕਿ ਕੋਈ ਵੀ ਤੁਹਾਨੂੰ ਸਿਮਟਮ ਜਿਹੜਾ ਨਜ਼ਰ ਆਉਂਦਾ ਹੈ ਔਰ ਜਿਹੜਾ ਇਹਦਾ ਬਚਾਅ ਹੈ ਉਹ ਤਾਂ ਬਹੁਤ ਹੀ ਸੌਖਾ ਤੇ ਜਿਹਨੂੰ ਆਪਾਂ ਕਹਿ ਲਈਏ ਨਾ ਵੀ ਬੜਾ ਸਸਤਾ ਜਿਹਾ ਇੱਕ ਉਪਾਅ ਹੈ ਕਿ ਅਸੀਂ 20 ਸੈਕਿੰਡ ਤੱਕ ਜੇ ਅਸੀਂ ਹੈਂਡ ਵਾਸ਼ ਕਰਦੇ ਹਾਂ ਤਾਂ ਅਸੀਂ ਜੇ ਕੋਈ ਜਰਮ ਕੈਰੀ ਕਰ ਵੀ ਲਿਆ ਅਸੀਂ ਗਏ ਹੈ ਨਾ ਚਾਹੁੰਦੇ ਹੋਏ ਵੀ ਸਾਡੇ ਕੋਲੋਂ ਕੋਈ ਜਰਮ ਕੈਰੀ ਹੋ ਗਿਆ ਤਾਂ ਉਹ ਜਦੋਂ ਅਸੀਂ ਹੈਂਡ ਵਾਸ਼ ਕਰਨਾ ਤਾਂ ਉਹ ਜਰਮ ਜਿਹੜਾ ਉਹ ਵਾਸ਼ ਆਊਟ ਹੋ ਜਾਣਾ ਰਾਦਰ ਕਿ ਉਹ ਸਾਹ ਨਾਲ ਨਾ ਅੰਦਰ ਗਿਆ ਹੋਏ ਤੁਸੀਂ ਮਾਸਕ ਲਗਾਇਆ ਹੋਇਆ ਤਾਂ ਜਿਹੜੇ ਹੱਥ ਅਸੀਂ ਆਪਣੇ ਧੋ ਲੈਂਦੇ ਹਾਂ ਚੰਗੀ ਤਰ੍ਹਾਂ ਤਾਂ ਜੇ ਅਸੀਂ ਕਿਸੇ ਚੀਜ਼ ਨੂੰ ਟੱਚ ਕੀਤਾ ਹੁੰਦਾ ਤਾਂ ਜਿਹੜਾ ਉਹ ਇਨਫੈਕਸ਼ਨ ਜਿਹੜਾ ਵਾਇਰਸ ਹੈ ਉਹ ਵਾਸ਼ ਆਊਟ ਹੋ ਜਾਂਦਾ ਹੈ ਇਸ ਕਰਕੇ ਆਪਣਾ ਸਭ ਦਾ ਵੀ ਤੁਸੀਂ ਧਿਆਨ ਜਿਹੜਾ ਉਹ ਰੱਖਣਾ ਹੈ ਤਾਂ ਹੀ ਇਹ ਸਾਡਾ ਜਿਹੜਾ ਮਿਸ਼ਨ ਫਤਿਹ ਹੈ ਨਾ ਕਿ ਅਸੀਂ ਆਪਣੇ ਪੰਜਾਬ ਨੂੰ ਕੋਰੋਨਾ ਤੋਂ ਮੁਕਤ ਕਰਨਾ ਹੈ ਇਹ ਫਤਿਹ ਸਾਨੂੰ ਤਾਂ ਹੀ ਮਿਲੇਗੀ ਜੇ ਅਸੀਂ ਸਾਰੇ ਜਾਣੇ ਇਹਦੇ ਅਕੋਰਡਿੰਗ ਜਿਹੜਾ ਉਹ ਚੱਲਾਂਗੇ ਠੀਕ ਹੈ ਤੇ ਸੋ ਮੈਂ ਥੈਂਕਸ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਡਿਪਟੀ ਡਾਇਰੈਕਟਰ ਸਰ ਧਵਨ ਸਰ ਦਾ ਬਹੁਤ ਥੈਂਕਸ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਪਲੈਟਫਾਰਮ ਨਿੰਮੀ ਦਾ ਸਾਨੂੰ ਦਿੱਤਾ ਜਿਹਦੇ ਤੇ ਕਿ ਅਸੀਂ ਆਪਣਾ ਲੈਕਚਰ ਦੇ ਸਕੀਏ ਔਰ ਸਾਰੇ ਇੰਸਟ੍ਰਕਟਰਸ ਦਾ ਕਿ ਉਹ ਆਪਣੇ ਸਟੂਡੈਂਟਸ ਨੂੰ ਲੈ ਕੇ ਆਏ ਮੈਂ ਸਭ ਦਾ ਬਹੁਤ ਬਹੁਤ ਥੈਂਕਸ ਕਰਦੀ ਹਾਂ ਆਪਣੇ ਕੁਲੀਗਸ ਦਾ ਜਿਨ੍ਹਾਂ ਨੇ ਮੇਰੀ ਬਹੁਤ ਹੈਲਪ ਕੀਤੀ ਤਾਂ ਇਹਦੇ ਨਾਲ ਹੀ ਮੈਂ ਤੁਹਾਡਾ ਸਭ ਦਾ ਬਹੁਤ ਬਹੁਤ ਥੈਂਕਸ ਕਰਦੀ ਹਾਂ ਔਰ ITOT ਦੇ ਸਟਾਫ ਕਿੰਨੂ ਮੈਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਮ ਥੈਂਕ ਯੂ ਸੋ ਮਚ ਮੈਮ ਆਲਵੇਸ ਕੋਆਰਡੀਨੇਟ ਥੈਂਕ ਯੂ ਮੈਮ ਆਪਣਾ ਟੀਮ ਵਰਕ ਕਰ ਜੀ ਠੀਕ ਹੈ ਓਕੇ ਥੈਂਕ ਯੂ ਸੋ ਮਚ ਮੈਮ ਥੈਂਕ ਯੂ ਮੈਮ ਥੈਂਕ ਯੂ ਮੈਮ ਕੇ ਬਾਏ